ਚੜ੍ਹਦੇ ਸੂਰਜ ਢਲਦੇ ਦੇਖੇ, ਬੁਝਦੇ ਦੀਵੇ ਬਲਦੇ ਦੇਖੇ। ਚੜ੍ਹਦੇ ਸੂਰਜ ਢਲਦੇ ਦੇਖੇ, ਬੁਝਦੇ ਦੀਵੇ ਬਲਦੇ ਦੇਖੇ। ਹੀਰੇ ਦਾ ਕੋਈ ਮੁੱਲ ਨਾ ਤਾਰੇ, ਖੋਟੇ ਸਿੱਕੇ ਚੱਲਦੇ ਦੇਖੇ। ਉਹਦੀ ਰਹਿਮਤ ਨਾਲ ਅਸਾਂ ਨੇ ਬੰਦੇ ਪਾਣੀ 'ਤੇ ਚੱਲਦੇ ਦੇਖੇ, ਜਿਹਦਾ ਨਾ ਕੋਈ ਇਸ ਦੁਨੀਆ ਵਿੱਚ, ਉਹ ਵੀ ਬੱਚੇ ਪਲਦੇ ਦੇਖੇ। ਲੋਕ ਕਹਿੰਦੇ ਇੱਥੇ ਦਾਲ ਨਹੀਂ ਗਲਣੀ, ਲੋਕ ਕਹਿੰਦੇ ਇੱਥੇ ਦਾਲ ਨਹੀਂ ਗਲਣੀ, ਅਸਾਂ ਤਾਂ ਪੱਥਰ ਗਲਦੇ ਦੇਖੇ। ਜਿਹਨਾਂ ਯਾਰ ਦੀ ਕਦਰ ਨਾ ਜਾਣੀ, ਉਹ ਆਖਰ ਹੱਥ ਮਲਦੇ ਦੇਖੇ, ਉਹ ਆਖਰ ਹੱਥ ਮਲਦੇ ਦੇਖੇ। ਬਾਬਾ ਬੁੱਲੇ ਸ਼ਾਹ ਜੀ ਦੀਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ, ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ, ਜਿਹ 'ਚ ਆਪਾਂ ਗੱਲਾਂ ਬਾਤਾਂ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਰਾਤੀ ਮਾਘੀ ਦੀ ਗੱਲ ਕੀਤੀ ਸੀ, 40 ਮੁਕਤਿਆਂ ਦੀ ਗੱਲ ਕੀਤੀ ਸੀ, ਖਿਦਰਾਨ ਦੀ ਗੱਲ ਕੀਤੀ ਸੀ, ਖਿਦਰਾਨ ਦੀ ਢਾਬ ਦੀ ਗੱਲ ਕੀਤੀ ਸੀ, ਮੁਕਤਸਰ ਸਾਹਿਬ ਦੀ ਗੱਲ ਕੀਤੀ ਸੀ। ਪਰ ਇੱਕ ਮਾਘ, ਅੱਜ ਜੇ ਅਸੀਂ ਅਮੈਰੀਕਾ ਦੀ ਗੱਲ ਕਰੀਏ ਤਾਂ ਅੱਜ ਹੈ ਇੱਕ ਮਾਘ, ਜਿਹੜਾ ਮਾਘੀ ਅਸੀਂ ਜਿਹਨੂੰ ਕਹਿ ਦਿੰਦੇ ਹਾਂ, ਮਾਘ ਦੀਆਂ ਸਟੇਜਾਂ ਵੀ ਸਜੀਆਂ ਉੱਥੇ। ਔਰ ਇੱਕ ਮਾਘ ਅੱਜ ਹੈਗਾ, ਇੱਕ ਮਾਘ ਦੀ ਖਾਸ ਗੱਲ ਹੋਰ ਹੈ ਜਿਹੜੀ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ, ਔਰ ਅਸੀਂ ਸ਼ੁਕਰ ਕਰਦੇ ਸਾਡੇ ਗੁਰੂ ਸਾਹਿਬਾਨ ਦਾ ਕਿ ਇੱਕ ਮਾਘ 1645 ਨੂੰ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਜਿਹੜਾ ਹੈ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੱਦੇ 'ਤੇ ਹਜ਼ਰਤ ਸਾਈਂ ਮੀਆਂ ਮੀਰ ਜੀ ਨੇ ਰੱਖਿਆ ਸੀਗਾ। ਸੋ ਇਹ ਵੀ ਇੱਕ ਸਾਡੇ ਵਾਸਤੇ ਬੜੀ ਭਾਗਾਂ ਵਾਲੀ ਗੱਲ ਹੈ, ਬੜੀ ਕਰਮਾਂ ਵਾਲੀ ਗੱਲ ਹੈ। ਚਲੋ ਬਾਕੀ ਹੁਣ ਆਪਾਂ ਗੱਲਬਾਤ ਕਰੀਏ ਸਿਆਸੀ ਕਾਨਫਰੰਸਾਂ ਦੀ। ਗੱਲਬਾਤ ਕੱਲ੍ਹ ਕੀਤੀ ਸੀਗੀ ਵੀ ਸਿਆਸੀ ਕਾਨਫਰੰਸਾਂ ਹੋਈਆਂ ਪਰ ਦੂਰ ਨੇੜੇ ਜਾ ਕੇ ਹੋਈਆਂ। ਉਹਦੀ ਖਬਰ ਦੀ ਗੱਲ ਕਰੀਏ, ਪਹਿਲੀ ਤਾਂ ਸੁਖਬੀਰ ਬਾਦਲ ਸਾਹਿਬ ਬਿਆਨ ਦੇ ਰਹੇ ਸੀਗੇ ਬਹੁਤ ਉੱਚੀ ਉੱਚੀ ਉਸ ਰੈਲੀ ਦੇ ਵਿੱਚ, ਮਲੋਟ ਕੋਲ ਉਹਨਾਂ ਨੇ ਜਗ੍ਹਾ ਲਈ ਸੀ ਜਿੱਥੇ ਰੈਲੀ ਕੀਤੀ ਹੈ। ਪਰ ਕੁਦਰਤ ਦੇਖੋ ਜੀ, ਕਹਿੰਦੇ ਜੀ ਉਹਨਾਂ ਨੂੰ ਵੱਡਾ ਪੰਡਾਲ ਲਾਉਣਾ, ਸਾਰਿਆਂ ਨੂੰ ਕਾਂਗਰਸ ਵਾਲਿਆਂ ਨੂੰ ਵੀ ਸਭ ਨੂੰ ਵੱਡਾ ਪੰਡਾਲ ਲਾ ਲਿਆ, 20-25 ਦਿਨ ਪਹਿਲਾਂ ਤਿਆਰ ਕਰ ਲਿਆ, ਲੈ ਵੀ ਐਤਕੀ ਬਹਿਜਾ ਕਰਾ ਦਿੰਦੀ ਹੈ। ਪਰ ਰੰਗ ਕਹਿੰਦੇ ਕੁਦਰਤ ਦੇ ਹੁੰਦੇ ਨਿਆਰੇ, ਅਤੇ ਮੀਂਹ ਐਸਾ ਪਿਆ ਸਾਰਾ ਪੰਡਾਲ ਪਾਣੀ ਨਾਲ ਭਰ ਗਿਆ, ਅਤੇ ਕਿਤੇ ਹੋਰ ਫਿਰ ਰੈਲੀ ਕਰਨੀ ਪਈ। ਚਲੋ ਇਹ ਇੱਕ ਵੱਖਰਾ ਪੱਖ ਹੈ। ਹੁਣ ਗੱਲ ਕਰ ਰਹੀ ਭਾਸ਼ਣ ਦੀ, ਭਾਸ਼ਣ ਦੇ ਵਿੱਚ ਜਿਹੜਾ ਉਹਨੇ ਜ਼ੋਰ ਦਿੱਤਾ ਉਹ ਦਿੱਤਾ ਵੀ ਢੀਂਡਸਾ ਸਾਹਿਬ 'ਤੇ, ਖਾਸ ਜ਼ੋਰ ਦਿੱਤਾ ਸੁਖਦੇਵ ਸਿੰਘ ਢੀਂਡਸਾ 'ਤੇ ਵੀ ਉਹ ਬਿਨਾਂ ਜਿੱਤੇ, 30 ਸਾਲ ਦੇ ਵਿੱਚ ਉਹ ਜਿੱਤੇ ਨਹੀਂ ਹੈ ਪਰ ਰਾਜ ਕੀਤਾ ਉਹਨਾਂ ਨੇ। ਇਹੀ ਤਾਂ ਸਾਡੇ ਮੁਲਕ ਦਾ ਸਿਸਟਮ ਹੈ, ਸਾਡੇ ਪੰਜਾਬ ਦਾ ਸਿਸਟਮ ਹੈ ਵੀ ਜਿਹੜੇ ਨਹੀਂ ਜਿੱਤੇ ਉਹ ਜਾ ਕੇ ਵਿੱਤ ਮੰਤਰੀ ਪਾ ਕੇ ਬਣ ਕੇ ਬਹਿ ਜਾਂਦੇ ਆ, ਔਰੰਗਜੀਤ ਜੇਤਲੀ ਵਰਗੇ। ਜਿਹੜੇ ਜਿੱਤੇ ਹੁੰਦੇ ਉਹ ਬਾਹਰ ਬੈਠੇ ਹੁੰਦੇ, ਜਿਹੜੇ ਲੋਕਾਂ ਨੇ ਫਤਵਾ ਜਿਨ੍ਹਾਂ ਨੂੰ ਦਿੱਤਾ, ਜਿਹਨਾਂ ਲੋਕਾਂ ਨੇ ਨਹੀਂ ਜਿਤਾਇਆ ਉਹ ਬਾਹਰ ਬੈਠੇ ਹੁੰਦੇ ਆ, ਜਿਹਨਾਂ ਨੂੰ ਸਰਕਾਰਾਂ ਆਪੇ ਜਿਤਾਉਂਦੀਆਂ ਉਹ ਅੰਦਰ ਬੈਠੇ ਹੁੰਦੇ ਆ। ਬਾਕੀ ਰਹੀ ਗੱਲ ਰਾਜ ਕਰਨ ਦੀ ਜਾਂ ਹਾਰਨ ਦੀ, ਇਸ ਗੱਲ ਦਾ ਕੋਈ ਪਤਾ ਨਹੀਂ। ਪੰਜਾਬ ਦੀ ਗੱਲ ਕਰ ਲਓ ਜੇ, ਭਾਰਤ ਦੀ ਗੱਲ ਕਰ ਲਓ, ਕੌਣ ਹਾਰਿਆ, ਕਿਹਨੇ ਹਰਾਇਆ, ਕਿਉਂ ਹਰਾਇਆ, ਜਾਂ ਫਿਰ ਕੌਣ ਜਿੱਤਿਆ ਅਤੇ ਕਿਹਨੇ ਜਿਤਾਇਆ। ਔਰ ਇਹ ਇੱਕ ਬੜੀ ਵਧੀਆ ਮੈਨੂੰ ਵੱਡੇ ਬਾਦਲ ਸਾਹਿਬ ਦੀ ਗੱਲ ਜਿਹੜੀ ਲੱਗਦੀ, ਚੰਗੀ ਲੱਗਦੀ, ਚੰਗੀ ਵੀ ਹੈਗੀ, ਚਲੋ ਮਾੜੀ ਵੀ ਹੋਊ ਕਈਆਂ ਵਾਸਤੇ, ਤਾਂ ਕਿ ਉਹਨਾਂ ਨੇ ਨੇੜੇ ਨਹੀਂ ਫਟਕਣ ਦਿੱਤਾ ਕੋਈ। ਰਾਜਨੀਤੀ ਵਿੱਚ ਕੋਈ ਵੀ ਆਇਆ, ਕਿਸੇ ਨੇ ਵੀ ਸਿਰ ਚੱਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇੜੇ ਨਹੀਂ ਫਟਕਣ ਦਿੱਤਾ। ਚਾਹੇ ਉਹਦੇ 'ਚ ਟੌੜਾ ਸਾਹਿਬ ਦੀ ਗੱਲ ਕਰਦੇ ਆ, ਲੌਂਗੋਵਾਲ ਸਾਹਿਬ ਦੀ, ਚਾਹੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਦੇ, ਇੱਥੋਂ ਤੱਕ ਕਿ ਆਪਣਾ ਕੋਈ ਰਿਸ਼ਤੇਦਾਰ ਵੀ। ਸਾਲੇ ਕਹਿੰਦੇ ਉਹਨਾਂ ਦੇ ਆਏ ਸੀਗੇ ਜੀ ਬਾਦਲ ਸਾਹਿਬ, ਸਾਨੂੰ ਵੀ ਟਿਕਟ ਦਿਓ, ਸਾਨੂੰ ਵੀ ਟਿਕਟ ਦਿਓ, ਅਸੀਂ ਤੁਹਾਡੇ ਕਰਕੇ ਜਿੱਤ ਜਾਣਾ। ਅਤੇ ਉਹ ਕਹਿੰਦੇ ਵੀ ਨਹੀਂ ਕਾਕਾ, ਤੁਸੀਂ ਇੱਦਾਂ ਨਹੀਂ ਕਰਨਾ ਆਪਾਂ। ਅਤੇ ਇੱਕ ਪਿੰਡ ਦੇ ਦੋ ਪਿੰਡ ਬਣਾ ਤੇ ਸੀਗੇ, ਅਤੇ ਉੱਥੋਂ ਸਰਪੰਚ ਦੋਹਾਂ ਦੇ ਉਹਨਾਂ ਨੂੰ ਵੱਖਰੇ ਵੱਖਰੇ ਸਰਪੰਚ ਬਣਾ ਦਿੱਤਾ ਸੀਗਾ ਵੀ ਤੁਸੀਂ ਆਪੋ ਆਪਣੀ ਐਸ਼ ਕਰੋ। ਔਰ ਇਹ ਰਾਜਨੀਤੀ ਦਾ ਸ਼ਾਇਦ ਅਸੂਲ ਹੈ, ਪਹਿਲਾਂ ਪੌੜੀ ਲਾ ਕੇ ਚੁਬਾਰੇ ਚਾੜੋ, ਅਤੇ ਫਿਰ ਕਹੋ ਵੀ ਕਾਕਾ ਮਾਰਦੇ ਛਾਲ ਥੱਲੇ, ਬਈ ਉਹ ਛਾਲ ਮਾਰਦੇ ਕੁਛ ਨਹੀਂ ਹੁੰਦਾ, ਉਹ ਮੈਂ ਬੈਠਾ ਨਾ ਥੱਲੇ, ਤੂੰ ਡਰਦਾ ਕਾ, ਤੂੰ ਮਾਰਦੇ ਛਾਲ, ਪਰਵਾਹ ਨਾ ਕਰ। ਅਤੇ ਅਗਲਾ ਜੋ ਛਾਲ ਮਾਰ ਜਾਂਦਾ, ਫਿਰ ਪਤਾ ਲੱਗਦਾ ਜਦੋਂ ਟਿੱਕ ਤੜਵਾ ਕੇ ਬਹਿ ਜਾਂਦਾ, ਫਿਰ ਜਾ ਕੇ ਪੱਟੀਆਂ ਕਰਾਉਂਦਾ ਫਿਰਦਾ ਹਸਪਤਾਲ 'ਚੋਂ। ਖੈਰ ਇਹ ਸਾਡੇ ਰਾਜਨੀਤੀ ਦੀਆਂ ਗੱਲਾਂ ਸੀ, ਹੁਣ ਆਪਾਂ ਚੱਲਦੇ ਹਾਂ ਉਹਨਾਂ ਖਬਰਾਂ ਵੱਲ ਜਿਹੜੀਆਂ ਅਣਸੁਣੀਆਂ ਕਹਿ ਲਓ, ਵਿਸ਼ਵਾਸ ਨਾ ਕਰਨ ਵਾਲੀਆਂ ਕਹਿ ਲਓ, ਉਹਨਾਂ ਖਬਰਾਂ ਵੱਲ ਚੱਲਦੇ ਹਾਂ। ਅਸੀਂ ਅਕਸਰ ਤਲਾਕ ਦੇ ਕਾਰਨ ਸਾਡੇ ਸਾਹਮਣੇ ਬੜੇ ਆਉਂਦੇ ਨੇ, ਬੜੀਆਂ ਤੁਹਾਡੇ ਸਾਂਝੇ ਕੀਤੇ ਆ, ਕਿਸੇ ਨੇ ਰੋਟੀ ਉਹ ਸੜ ਗਈ ਸੀ ਤਾਂ ਤਲਾਕ ਦੇ ਦਿੱਤਾ, ਸਾਊਦੀ ਅਰਬ ਦੇ ਵਿੱਚ ਘਰ ਵਾਲੀ ਬੰਦੇ ਤੋਂ ਅੱਗੇ ਚੱਲੀ ਉਹਨੇ ਤਾਂ ਤਲਾਕ ਦੇ ਦਿੱਤਾ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ। ਤਲਾਕ ਦੀਆਂ ਬਹੁਤ ਅਜੀਬ ਕਾਰਨ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਰਹੀਦਾ, ਪਰ ਅੱਜ ਦਾ ਜਿਹੜਾ ਤਲਾਕ ਹੈ ਉਹ ਬਾਹਲਾ ਹੀ ਅਜੀਬ ਹੈਗਾ। ਮੱਧ ਪ੍ਰਦੇਸ਼ ਦੇ ਵਿੱਚ ਤਲਾਕ ਲੈ ਕੇ ਗਈ ਲੇਡੀ, 23 20 ਸਾਲਾ ਸੋਨੀ ਦੇਵੀ,
ਉਹ ਲੈ ਕੇ ਗਈ ਜੀ ਜਿਹੜਾ ਆਹ ਵੂਮੈਨ ਰਾਈਟਸ ਦਾ ਹੁੰਦਾ ਉਹ ਉੱਥੇ ਜਾ ਕੇ ਕਿਹਾ ਵੀ ਮੈਨੂੰ ਤਲਾਕ ਚਾਹੀਦਾ ਆਪਣੇ ਘਰ ਵਾਲੇ ਤੋਂ। ਉਹਨਾਂ ਨੇ ਪੁੱਛਿਆ ਵਿਆਹ ਨੂੰ ਕਿੰਨੇ ਸਾਲ ਹੋ ਗਏ, ਕਹਿੰਦੇ ਜੀ 2017 'ਚ ਹੋਇਆ ਸੀ, 3 ਕੁ ਸਾਲ ਹਜੇ ਹੋਏ ਨਹੀਂ, ਪੂਰੇ 2.5 ਕੁ ਸਾਲ ਹੀ ਹੋਏ ਆ। ਮੁੰਡਾ ਕਹਿੰਦੇ ਵੀ ਦੇਖਿਆ ਸੀ ਵਿਆਹ? ਹਾਂ ਮੁੰਡਾ ਦੇਖਿਆ ਸੀ, ਮੁੰਡਾ ਬਹੁਤ ਸੋਹਣਾ ਸੁਨੱਖਾ ਸੀ, ਦੇਖਿਆ ਸੀ ਵਿਆਹ ਦੇ ਪੜਤੇ ਵੀ ਕੋਈ 2.5 ਸਾਲਾਂ ਦੇ ਵਿੱਚ ਹੀ ਕੀ ਨੌਬਤ ਆ ਗਈ ਵੀ ਤਲਾਕ ਲੈਣ ਦੀ, ਔਰ ਕਾਰਨ ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ। ਹਾਸਾ ਆਉਂਦਾ ਤਲਾਕ ਲੈਣ ਵਾਲੇ 'ਤੇ ਵੀ ਅਤੇ ਜਿਹਦਾ ਕਰਕੇ ਲੈਣਾ ਉਹਨੂੰ ਵੀ। 3 ਸਾਲਾਂ ਦਾ ਕਹਿੰਦੇ ਮਨੀਸ਼ ਰਾਮ ਬੰਦਾ ਹੈਗਾ, ਉਹਦੇ ਤੋਂ ਤਲਾਕ ਲੈਣਾ ਇਹਨੇ, ਅਤੇ ਕਾਰਨ ਕਹਿੰਦੀ ਜੀ ਇਹ 10-10, 12-12 ਦਿਨ ਨਹਾਉਂਦਾ ਨਹੀਂ, ਬੁਰਸ਼ ਨਹੀਂ ਕਰਦਾ, 10-12 ਦਿਨ ਬੁਰਸ਼ ਨਹੀਂ ਕਰਦਾ, ਸ਼ੇਵ ਨਹੀਂ ਕਰਦਾ। ਮੈਂ ਇਹਨੂੰ ਬਥੇਰਾ ਕਿਹਾ ਵੀ ਤੂੰ ਥੋੜ੍ਹਾ ਠੀਕ ਰਿਹਾ ਕਰ, ਇਹ ਨਹੀਂ ਕਰਦਾ, ਇਹਨੇ ਮੇਰੀ ਗੱਲ ਮੰਨੀ ਨਹੀਂ, ਇਸ ਕਰਕੇ ਮੈਨੂੰ ਇਹਦੇ ਤੋਂ ਤਲਾਕ ਚਾਹੀਦਾ। ਔਰ ਨਾਲ ਦੀ ਨਾਲ ਉਹਨੇ ਇਹ ਕਿਹਾ ਵੀ ਪਲੰਬਰ ਹੈਗਾ, ਉਹਦੇ ਘਰ ਵਾਲਾ ਪਲੰਬਰ ਹੈਗਾ, ਹੁਣ ਲੋਕਾਂ ਦੀਆਂ ਟੂਟੀਆਂ ਠੀਕ ਕਰਦਾ, ਕੀ ਕਰਦਾ, ਜਾ ਕੇ ਟੋਇਲਟ ਠੀਕ ਕਰਦਾ ਅਤੇ ਆ ਕੇ ਨਹਾਵੇ, ਨਾ ਤਾਂ ਮੁਸ਼ਕ ਤਾਂ ਬੰਦੇ ਨੇ ਮਾਰਨਾ ਹੀ ਆ। ਵੀ ਭਾਈ ਹੁਣ ਸੁਣ ਲਓ ਧਿਆਨ ਦੇ ਨਾਲ, ਜਿਹੜੇ ਲੰਗੇ ਡੰਗ ਨਹਾਉਂਦੇ ਆ ਉਹ ਸੁਣ ਲਓ ਧਿਆਨ ਨਾਲ, ਵੀ ਇਹੋ ਜਿਹੇ ਤਲਾਕਾਂ ਦੀ ਨੌਬਤ ਆ ਸਕਦੀ ਹੈ। ਨਹਾਉਣ ਦਾ ਕੋਈ ਹਰਜ ਨਹੀਂ, ਕੋਈ ਫਰਕ ਨਹੀਂ ਪੈਂਦਾ ਨਹਾਉਣ ਨਾਲ, ਬਸ ਮਾੜਾ ਜਿਹਾ ਪਾਣੀ ਗਿੱਲਾ ਜਿਹਾ ਲੱਗਦਾ ਸ਼ੁਰੂ ਸ਼ੁਰੂ 'ਚ। ਇੱਥੇ ਤਾਂ ਖੈਰ ਕੋਈ ਮੁਸ਼ਕਲ ਹੀ ਨਹੀਂ ਹੈਗੀ, ਇੱਥੇ ਤਾਂ ਇਹੋ ਜਿਹੀ ਨੌਬਤ ਹੈਗੀ ਨਹੀਂ, ਪੰਜਾਬ ਦੀ ਗੱਲ ਕਰਦਾ, ਭਾਰਤ ਦੇ ਉਸ ਏਰੀਏ ਦੀ ਗੱਲ ਕਰਦਾ ਜਿਹੜਾ ਕਿ ਬੈਕਵਰਡ ਹੋ ਸਕਦਾ, ਜਿੱਥੇ ਨਹਾਉਣ ਦਾ ਇਹ ਹੁੰਦਾ ਵੀ ਨਹਾਉਣਾ ਵੀ ਇੱਕ ਬੜਾ ਵੱਡਾ ਕੰਮ ਲੱਗਦਾ ਵੀ ਨਹਾਉਣਾ ਪੈਣਾ, ਅੱਜ ਫਿਰ ਹੋਏ 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 ਬਾਹਰ ਬਾਥਰੂਮ ਆ ਉੱਥੇ ਜਾ ਕੇ ਨਹਾਉਣਾ ਪੈਣਾ। ਚਲੋ ਖੈਰ, ਇਹ ਵੱਖਰਾ ਤਰੀਕਾ ਤਲਾਕ ਦਾ ਜਿਹੜਾ ਉਹ ਤੁਹਾਡੇ ਸਾਹਮਣੇ ਪੇਸ਼ ਕੀਤਾ। ਅਤੇ ਮੱਧ ਪ੍ਰਦੇਸ਼ ਦੀ ਸ਼ਿਵਪੁਰ ਦੀ ਇੱਕ ਹੋਰ ਤੁਹਾਡੇ ਘਟਨਾ ਸਾਹਮਣੇ ਕਰਨੀ, ਪਹਿਲਾਂ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਵਾਵਾਂਗੇ। ਰਿਸ਼ਵਤ ਦੀ ਗੱਲ ਕਰੀ ਦੀ ਹੈ ਹਮੇਸ਼ਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਰਿਸ਼ਵਤ ਦਾ ਬੋਲਬਾਲਾ, ਰਿਸ਼ਵਤ ਤੋਂ ਬਿਨਾਂ ਕਹਿੰਦੇ ਕੋਈ ਕੰਮ ਹੁੰਦਾ ਨਹੀਂ, ਜੇ ਹੋ ਜਾਵੇ ਸਾਨੂੰ ਵਿਸ਼ਵਾਸ ਨਹੀਂ ਹੁੰਦਾ। ਪਰ ਰਿਸ਼ਵਤ ਦੀ ਹੱਦ ਉਦੋਂ ਹੋਈ ਜਦੋਂ ਇੱਕ ਜਨਾਨੀ ਜਿਹੜੀ ਹੈਗੀ ਆ ਉਹ ਤਹਿਸੀਲਦਾਰ ਦੇ ਦਫ਼ਤਰ ਗਈ, ਲੋਕ ਹੈਰਾਨ ਰਹਿ ਗਏ। ਸਵੇਰੇ ਸਵੇਰੇ ਤਹਿਸੀਲਦਾਰ ਦੇ ਤਹਿਸੀਲ 'ਚ ਗਈ, ਸ਼ਿਵਪੁਰ ਤਹਿਸੀਲ ਪੈਂਦੀ ਹੈ, ਜਦੋਂ ਗਈ ਅਤੇ ਨਾਲ ਉਹਦੇ ਮੱਝ ਦਾ ਸੰਗਲ ਫੜੀ ਜਾਵੇ, ਲੋਕ ਬੜੇ ਹੈਰਾਨ ਵੀ ਇਹ ਮੱਝ ਨੂੰ ਇੱਧਰ ਕਿੱਧਰ ਲੈ ਆਈ, ਇੱਥੇ ਪਾਣੀ ਪਿਆਉਣ ਆਈ ਆ, ਕਿੱਥੇ ਚਾਰਨ ਆਈ ਮੱਝ ਨੂੰ ਤਹਿਸੀਲ ਦੇ ਵਿੱਚ। ਮੱਝ ਜਦੋਂ ਤਹਿਸੀਲ ਦੇ ਐਨ ਦਫ਼ਤਰ ਦੇ ਵਿੱਚੋਂ ਲੈ ਗਈ ਤਾਂ ਫਿਰ ਹਫੜਾ ਦਫੜੀ ਮਚੀ, ਅਫਸਰਾਂ ਨੂੰ ਕਲਰਕਾਂ ਨੂੰ ਉੱਥੇ ਫਿਕਰ ਪਿਆ ਵੀ ਇਹ ਹੋਇਆ ਕੀ ਹੈ, ਵਿੱਚੋਂ ਕਹਾਣੀ ਕੀ ਨਿਕਲੀ। ਤਹਿਸੀਲ ਦੇ ਵਿੱਚ ਮੱਝ ਨੂੰ ਉਹ ਇਹ ਨਹੀਂ ਸੀ ਵੀ ਉਹਦਾ ਨਾਮ ਦਰਜ ਕਰਾਉਣ ਗਈ ਸੀ ਜਾਂ ਉਹਦਾ ਆਧਾਰ ਕਾਰਡ ਬਣਾਉਣ ਗਈ ਸੀ ਮੱਝ ਦਾ, ਹੋਇਆ ਕੀ ਉਹਦੀ ਕੋਈ ਜੱਦੀ ਜ਼ਮੀਨ ਸੀ ਇਸ ਲੇਡੀ ਦੀ, ਇਸ ਲੇਡੀ ਦੀ ਕੋਈ ਜੱਦੀ ਜ਼ਮੀਨ ਸੀ, ਉਹਦੇ ਫਾਦਰ ਇਨ ਲਾ ਸਹੁਰਾ ਜਾਂ ਘਰਵਾਲੀ ਦੀ ਹੋ ਸਕਦਾ ਡੈਥ ਹੋ ਗਈ ਹੋਵੇ, ਤਾਂ ਉਸ ਜੱਦੀ ਜ਼ਮੀਨ ਦੇ ਵਿੱਚ ਉਹਨੇ ਆਪਣਾ ਨਾਮ ਦਰਜ ਕਰਾਉਣਾ ਸੀ, ਆਪਣਾ ਨਾਮ ਪਵਾਉਣਾ ਸੀ। ਉਹ ਕਹਿੰਦੇ ਜੀ ਮੈਂ ਆਈ ਦਫ਼ਤਰ ਅਤੇ ਉਹ ਕਹਿੰਦੇ ਜੀ 10,000 ਰੁਪਈਆ ਦਿਉ, 10,000 ਰੁਪਏ ਮੈਂ ਦੇ ਦਿੱਤਾ ਅਤੇ ਮੇਰਾ ਕੰਮ ਫੇਰ ਨਹੀਂ ਹੋਇਆ, ਨਾਮ ਦਰਜ ਹੋਇਆ ਨਹੀਂ, ਅਤੇ ਫਿਰ ਉਹ ਪੈਸੇ ਹੋਰ ਮੰਗਦੇ ਸੀ, ਮੇਰੇ ਕੋਲ ਪੈਸੇ ਹੈ ਨਹੀਂ ਸੀ ਅਤੇ ਮੇਰੇ ਕੋਲ ਤਾਂ ਇੱਕ ਮੱਝ ਬਚੀ ਆ ਉਹ ਮੈਂ ਲੈ ਆਈ ਹਾਂ, ਵੀ ਭਾਈ ਮੱਝ ਰੱਖ ਲਓ ਅਤੇ ਮੇਰਾ ਕੰਮ ਕਰ ਦਿਓ, ਲੱਖਾਂ ਕਰੋੜਾਂ ਦੀ ਜ਼ਮੀਨ ਹੋਊਗੀ। ਤਾਂ ਉਦੋਂ ਕਹਿੰਦੇ ਫਿਰ ਭਾਜਣਾ ਪਈਆਂ ਹੱਥਾਂ ਪੈਰਾਂ ਦੀ ਪਈ, ਤਹਿਸੀਲਦਾਰ ਆਪ ਆਇਆ, ਉਹਨੇ ਫਿਰ ਮੰਨਿਆ ਵੀ ਇਹ ਮੱਝ ਜਿਹੜੀ ਹੈ ਰਿਸ਼ਵਤ ਦੇ ਵਿੱਚ ਦੇਣ ਆਈ ਸੀਗੀ, ਇਹ ਹੋ ਸਕਦਾ ਸਾਡੇ ਕਿਸੇ ਕਲਰਕ ਨੇ ਇਹਦੇ ਕੋਲ ਪੈਸੇ ਮੰਗੇ ਹੋਣ, ਮੈਂ ਜ਼ਰੂਰ ਇਹਦੀ ਤਹਿਕੀਕਾਤ ਕਰੂੰਗਾ। ਪਰ ਇਹ ਦੇਖੋ ਜੀ, ਇਟ ਹੈਪਨਸ ਓਨਲੀ ਇਨ ਇੰਡੀਆ ਕਿ ਮੱਝਾਂ ਵੀ ਰਿਸ਼ਵਤ ਦੇ ਵਿੱਚ ਚਲ ਜਾਂਦੀਆਂ। ਵੈਸੇ ਤਾਂ ਮੈਂ ਸੁਣਿਆ ਸੀ ਬਹੁਤ ਸਾਰੇ ਲੀਡਰ ਤਾਂ ਮੱਝਾਂ ਤਾਂ ਕੁਛ ਵੀ ਨਹੀਂ ਹੈਗੀਆਂ ਗੱਲਾਂ, ਬਹੁਤ ਸਾਰੇ ਲੀਡਰ ਤਾਂ ਪੰਜਾਬ ਦੇ ਹੀ ਇਹੋ ਜਿਹੇ ਹੈਗੇ ਆ, ਜੇ ਉਹਨਾਂ ਨੂੰ ਕਿਸੇ ਦੇ ਘਰ ਦੇ ਮੂਹਰੇ ਗਮਲਾ ਵਧੀਆ ਲੱਗ ਜਾਏ ਤਾਂ ਉਹ ਫਿਰ ਸਿਕਿਉਰਟੀ ਗਾਰਡ ਵਾਲੇ ਨੂੰ ਕਹਿੰਦੇ ਇਸ਼ਾਰਾ ਹੀ ਕਰਦੇ ਸੀ ਐਂ ਕਰਕੇ, ਅਤੇ ਗਮਲਾ ਅਗਲੇ ਦਿਨ ਫਿਰ ਉਹਨਾਂ ਦੀ ਕੋਠੀ ਪਹੁੰਚ ਜਾਂਦਾ ਸੀ। ਕੋਈ ਕੋਠੀ ਚੰਗੀ ਲੱਗ ਜਾਏ ਤੁਰੇ ਤੁਰੇ ਜਾਂਦੇ, ਕੋਈ ਢਾਬਾ ਚੰਗਾ ਲੱਗ ਜਾਏ, ਕੋਈ ਹੋਟਲ ਚੰਗਾ ਲੱਗ ਜਾਏ, ਤਾਂ ਉਹ ਫਿਰ ਬੰਦੇ ਨੂੰ ਜਿਹੜਾ ਨਾਮ ਉਹਨਾਂ ਦੇ ਕਰਾਉਣਾ ਹੀ ਪੈਂਦਾ ਹੁੰਦਾ ਸੀ ਜਾਂ ਫਿਰ ਹਿੱਸੇਦਾਰੀ ਪਾਉਣੀ ਪੈਂਦੀ ਹੁੰਦੀ ਸੀ। ਇਹ ਸਾਡੇ ਮੁਲਕ ਦੀਆਂ ਆਮ ਗੱਲਾਂ ਨੇ ਜੀ। ਲਓ ਜੀ, ਖੁਸ਼ਖਬਰੀ ਕੁੜੀਆਂ ਵਾਸਤੇ ਕਹਿ ਸਕਦਾ ਮੈਂ, ਜਿਨ੍ਹਾਂ ਨੂੰ ਲੋਕ ਤੰਗ ਕਰਦੇ ਨੇ, ਮੁਸਟੰਡੇ ਤੰਗ ਕਰਦੇ ਨੇ, ਉਹਨਾਂ ਵਾਸਤੇ ਇੱਕ ਖੁਸ਼ਖਬਰੀ। ਇੱਕ ਸ਼ਿਆਮ ਚੌਰਸੀਆ ਨਾਂ ਦਾ ਬੰਦਾ ਅਸ਼ੋਕਾ ਇੰਸਟੀਚਿਊਟ ਵਾਰਾਣਸੀ ਤੋਂ, ਉਹਨੇ ਖੁਸ਼ਖਬਰੀ ਦੱਸੀ ਹੈ ਜੀ। ਕਹਿੰਦਾ ਵੀ 6 ਮਹੀਨੇ ਲਾ ਕੇ ਮੈਂ ਇੱਕ ਕੁੜੀਆਂ ਦੀ ਸੇਫਟੀ ਵਾਸਤੇ, ਕੁੜੀਆਂ ਦੀ ਸਿਕਿਉਰਿਟੀ ਵਾਸਤੇ ਇੱਕ ਐਸੀ ਚੀਜ਼ ਤਿਆਰ ਕੀਤੀ ਹੈ ਵੀ ਉਹ ਕੁੜੀਆਂ ਕੋਲ ਹੋਏਗੀ ਅਤੇ ਕੁੜੀਆਂ ਨੂੰ ਜੇ ਕੋਈ ਛੇੜੂਗਾ, ਕੋਈ ਤੰਗ ਕਰੂਗਾ ਤਾਂ ਉਹ 1 ਮਿੰਟ ਤੋਂ ਪਹਿਲਾਂ ਆਪਣਾ ਬਚਾਅ ਕਰ ਸਕਦੀਆਂ। ਲਓ ਜੀ, ਆਪਾਂ ਇਹ ਸੋਚਦੇ ਪਿਸਤੌਲ ਹੋਊਗਾ ਕੀ ਹੋਊਗਾ, ਸੈਂਡਲ ਦੀ ਨੋਕ ਤਿੱਖੀ ਕਰਤੀ ਹੋਣੀ ਵੀ ਜਿਹਦੇ ਵੱਜੇ ਠਾਹ ਦੇਣੀ ਅਤੇ ਮੁੜ ਕੇ ਮੋਰੀ ਹੋ ਜਾਵੇ, ਪਰ ਨਹੀਂ ਐਸੀ ਗੱਲ ਨਹੀਂ ਹੈ। ਉਹਨੇ ਇੱਕ ਤਿਆਰ ਕੀਤੀ ਹੈ ਜੀ, ਗਨ ਲਿਪਸਟਿਕ,
ਗਨ ਲਿਫਟ ਸਮਾਰਟ ਸਮਾਰਟ ਐਂਟੀ ਟੀਜ਼ਿੰਗ ਲਿਪਸਟਿਕ ਗਨ ਜਿਹੜੀ ਹੈ ਲਿਪਸਟਿਕ ਗਨ ਤਿਆਰ ਕੀਤੀ ਹੈ। ਉਹ ਕਹਿੰਦਾ ਜੀ ਵੀ ਇਹ ਗਨ ਮੈਂ 6 ਮਹੀਨੇ ਲੱਗ ਗਏ ਤਿਆਰ ਕਰਨ ਨੂੰ, ਪਰ ਇਹਦੇ 'ਚ ਇੱਕ ਸਵਿੱਚ ਲੱਗਿਆ ਹੋਇਆ ਹੈ। ਹੁਣ ਮੁੰਡੇ ਨੂੰ ਤਾਂ ਇਹ ਲੱਗੂ ਵੀ ਮੈਂ ਕੁੜੀ ਨੂੰ ਛੇੜਿਆ ਕਰਕੇ ਅਤੇ ਲਿਪਸਟਿਕ ਕੱਢ ਕੇ ਪਰਸ ਦੇ ਵਿੱਚੋਂ ਤਾਂ ਮੈਨੂੰ ਹੋਰ ਤਿਆਰ ਹੋਣ ਲੱਗੀ ਹੈ, ਵੀ ਲੈ ਬਣ ਗਈ ਗੱਲ। ਅਤੇ ਪਰ ਉਹ ਲਿਪਸਟਿਕ ਕੱਢ ਕੇ ਜਦੋਂ ਕਹਿੰਦੇ ਵੀ ਐਂ ਮਤਲਬ ਬਟਨ ਜਿਹਾ ਦਬਾਊਗੀ ਤਾਂ ਉਹਦੇ 'ਚੋਂ ਬਹੁਤ ਤੇਜ਼ ਆਵਾਜ਼ ਆਊਗੀ, ਬਹੁਤ ਤੇਜ਼ ਆਵਾਜ਼ ਆਊਗੀ ਗੋਲੀ ਦੀ ਆਵਾਜ਼ ਵਾਂਗੂ, ਜਿਹੜੀ ਕਿ ਲਗਭਗ 1 ਕਿਲੋਮੀਟਰ ਤੱਕ ਸੁਣੀ ਜਾ ਸਕਦੀ ਹੈ। ਉਸ ਆਵਾਜ਼ ਦੇ ਨਾਲ ਇਹ ਹੈ ਵੀ ਇਹ ਤੋਂ ਗੋਲੀ ਤਾਂ ਨਹੀਂ ਨਿਕਲਦੀ ਪਰ ਆਵਾਜ਼ ਇੰਨੀ ਜ਼ੋਰ ਨਾਲ ਨਿਕਲਦੀ ਹੈ ਕਿ ਆਲੇ ਦੁਆਲੇ ਲੋਕ ਨੇ ਜਾਂ ਪੁਲਿਸ ਹੋਊਗੀ ਅਤੇ ਨਾਲ ਦੀ ਨਾਲ ਕੋਈ ਵੀ ਉਹਦੀ ਸਹਾਇਤਾ ਵਾਸਤੇ ਆ ਸਕਦਾ। ਜੇ ਕੋਈ ਉਹਦੀ ਸਹਾਇਤਾ ਵਾਸਤੇ ਨਾ ਆਵੇ ਤਾਂ ਪੁਲਿਸ ਜੇ ਚੰਗੀ ਹੋਈ, ਉਸ ਇਲਾਕੇ ਦੀ ਚੰਗੀ ਪੁਲਿਸ ਹੋਈ, ਉਹਨੇ ਇਸ ਲਿਪਸਟਿਕ ਦੇ ਅੰਦਰ ਇੱਕ ਸੈਂਸਰ ਫਿੱਟ ਕੀਤਾ ਜੋ ਕਿ ਬਲੂਟੁੱਥ ਦੇ ਨਾਲ ਕੰਮ ਕਰਦਾ। ਉਹ ਸੈਂਸਰ ਦੀ ਜਿਹੜੀ ਕਹਿੰਦੇ ਘੰਟੀ ਹੈ, ਜਿਹੜਾ ਵੀ ਨੇੜੇ ਥਾਣਾ ਹੋਊਗਾ ਉਸ ਥਾਣੇ ਦੇ ਵਿੱਚ ਵੱਜੂਗੀ ਜਾ ਕੇ ਵੀ ਭਾਈ ਇਸ ਜਗ੍ਹਾ ਆਹ ਕੰਮ ਹੋ ਗਿਆ, ਤੁਸੀਂ ਪਹੁੰਚ ਜਾਓ। ਚਲੋ ਚੀਜ਼ ਉਹਨੇ ਵਧੀਆ ਬਣਾਈ ਹੈ ਪਰ ਉਹ ਵਧੀਆ ਚੀਜ਼ ਜਿਹੜੀ ਕੰਮ ਕਿੰਨੀ ਕੁ ਆਉਂਦੀ ਹੈ, ਅਤੇ ਜਾਂ ਇਸ ਤੋਂ ਪਹਿਲਾਂ ਹੀ ਕਹਿੰਦੇ ਵੀ ਜਿਹੜੇ ਰਾਹ ਲੱਭ ਲੈਂਦੇ ਨੇ, ਕਾਨੂੰਨ ਬਾਅਦ ਦੇ ਵਿੱਚ ਬਣਦਾ ਅਤੇ ਕਾਨੂੰਨ ਨੂੰ ਤੋੜਨ ਦੇ ਰਾਹ ਪਹਿਲਾਂ ਲੱਭ ਲੈਂਦੇ, ਉਹ ਕਿੰਨੀ ਕਾਮਯਾਬ ਹੁੰਦੇ ਨੇ। ਉਹ ਕਹਿੰਦਾ ਵੀ 650 ਰੁਪਈਆ ਮੇਰਾ ਸਾਰਾ ਇੱਥੇ ਲੱਗਿਆ, 650 ਰੁਪਈਆ ਲੱਗਿਆ ਅਤੇ 70 ਗ੍ਰਾਮ ਉਹਦਾ ਵੇਟ ਹੈ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਹਿੰਦਾ ਵੀ ਬਹੁਤ ਸਾਰਾ ਫਾਇਦਾ ਹੋ ਸਕਦਾ ਸਾਡੇ ਲੋਕਾਂ ਦਾ। ਇੱਕ ਬੜੀ ਅਜੀਬ ਜਾਣਕਾਰੀ ਹੁਣ ਤੁਹਾਡੇ ਨਾਲ ਸਾਂਝੀ ਕਰਦਾ, ਜਾਂ ਜਾਣਕਾਰੀਆਂ ਤਾਂ ਮੈਂ 2 ਲਿਆ ਸੀ ਪਰ 1 ਮਿੰਟ ਤਾਂ ਮਸੀਂ ਸਾਂਝੀ ਹੋਣੀ ਹੈ। ਆਮ ਅਸੀਂ ਕੋਈ ਵੀ ਘੜੀ ਦੇਖ ਲਓ, ਕੋਈ ਹੱਥ ਵਾਲੀ ਘੜੀ ਦੇਖ ਲਓ, ਕੋਈ ਦੀਵਾਰ ਵਾਲੀ ਦੇਖ ਲਓ, ਕੋਈ ਛੋਟੀ ਦੇਖ ਲਓ, ਕੋਈ ਵੱਡੀ ਦੇਖ ਲਓ, ਘੜੀਆਂ ਅਕਸਰ ਆਪਾਂ ਦੇਖਦੇ ਹਾਂ 1, 2, 3, 4, 5, 6, 12 ਵੱਜਦੇ ਨੇ, 12 ਤੋਂ ਬਾਅਦ ਫਿਰ 1 ਵੱਜਦਾ, ਅਤੇ ਅਸੀਂ ਜੇ ਇਲੈਕਟ੍ਰੋਨਿਕ ਘੜੀਆਂ ਦੇਖੇ ਉਹਦੀ 12 ਤੋਂ ਬਾਅਦ 13, 14, 15 ਇੱਦਾਂ ਸ਼ੁਰੂ ਹੋ ਜਾਂਦੀ। ਪਰ ਜੇ ਮੈਂ ਕਹਾਂ ਕਿ ਕਿਸੇ ਮੁਲਕ ਦੇ ਵਿੱਚ ਇੱਕ ਐਸੀ ਘੜੀ ਹੈ ਜਿਹਦੇ ਵਿੱਚ 12 ਵੱਜਦੇ ਹੀ ਨਹੀਂ, ਤਾਂ ਵਾਕਈ ਹੈਰਾਨੀ ਵਾਲੀ ਗੱਲ ਹੈ। ਇਹ ਵਾਕਈ ਇਹ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ। ਸਵਿਟਜ਼ਰਲੈਂਡ ਦੇ ਵਿੱਚ ਸੋਲੋਥਰਨ ਨਾਮ ਦਾ ਇੱਕ ਏਰੀਆ ਪੈਂਦਾ, ਉਹਦੇ ਵਿੱਚ ਟਾਊਨ ਉਹਦਾ ਨਾਮ ਹੈਗਾ ਰੈਕਵੇਅਰ, ਉਹਦੇ 'ਚ ਇੱਕ ਘੜੀ ਲੱਗੀ ਹੋਈ ਹੈ। ਵੈਸੇ ਤਾਂ ਬਹੁਤ ਸਾਰੀਆਂ ਘੜੀਆਂ ਲੱਗੀਆਂ ਨੇ ਪਰ ਇੱਕ ਘੜੀ ਤੁਹਾਨੂੰ ਦਿਖਾ ਰਿਹਾ ਮੈਂ ਜਿਹੜੀ ਕਿ ਇੱਕ ਚਰਚ ਦੇ ਵਿੱਚ ਲੱਗੀ ਆ, ਉਹਦੇ 'ਚ 12 ਨਹੀਂ ਵੱਜਦੇ, ਉਹਦੇ 'ਚ 1, 2, 3 ਤੋਂ ਬਾਅਦ 11 ਅਤੇ 11 ਤੋਂ ਬਾਅਦ ਸਿੱਧਾ 1 ਵੱਜਦਾ। ਹੁਣ ਅਸੀਂ ਉਹਨੂੰ ਜਿੱਧਰ ਮਰਜ਼ੀ ਜੋੜ ਲਈਏ, ਜਿੱਦਾਂ ਸਾਡੇ ਵੀ ਕਹਿ ਦਿੰਦੇ ਨੇ 12 ਵੱਜ ਗਏ ਸਰਦਾਰਾਂ ਦੇ, ਉਹਦਾ ਜਦੋਂ ਅਸਲ ਮਤਲਬ ਅਗਲੇ ਨੂੰ ਪਤਾ ਲੱਗਦਾ ਵੀ 12 ਕਦੋਂ ਵੱਜਦੇ ਸੀ ਤਾਂ ਕੀ ਹੁੰਦਾ ਸੀ 12 ਵਜੇ, ਫਿਰ ਅਗਲਾ ਹੈਰਾਨ ਹੁੰਦਾ ਜਦੋਂ ਇਤਿਹਾਸ ਦੱਸਦੇ ਹਾਂ। ਸੋ ਇਸ ਘੜੀ ਦੇ ਵਿੱਚ 12 ਹੈ ਹੀ ਨਹੀਂ, 12 ਹੈ ਨਹੀਂ, ਕਿਉਂ ਨਹੀਂ ਹੈ, ਬੜੀ ਹੈਰਾਨ ਕਰਨ ਵਾਲੀ ਖਬਰ ਹੈ। ਇਸ ਟਾਊਨ ਦੇ ਵਿੱਚ, ਇਸ ਏਰੀਏ ਦੇ ਵਿੱਚ ਸਾਰਾ ਕੁਛ ਹੀ 11-11 ਨਾਲ ਹੀ ਸੰਬੰਧਿਤ ਹੈ। ਕੋਈ ਡਿਜ਼ਾਇਨ ਬਣਿਆ ਹੋਊ ਉਹ ਵੀ 11, 2 ਏਕਿਆਂ ਵਰਗਾ ਹੋਊਗਾ, ਕੋਈ ਨੰਬਰ ਹੈ ਉਹ ਵੀ 11 ਤੁਹਾਨੂੰ ਜ਼ਿਆਦਾ ਮਿਲਣਗੇ। 11 ਹੀ ਉੱਥੇ ਚਰਚ ਨੇ, 11 ਹੀ ਚੈਪਲ ਹੈ, 11 ਹੀ ਕਾਲਜ ਹੈ, 11 ਹੀ ਇਤਿਹਾਸਿਕ ਬਿਲਡਿੰਗ ਹੈ, ਅਤੇ 11 ਹੀ ਉੱਥੇ ਜਿਹੜੇ ਟਾਵਰ ਨੇ, ਇਹ ਉੱਥੇ ਦੀਆਂ ਗੱਲਾਂ। ਤਾਂ ਇੱਕ ਜੇ ਤੁਹਾਨੂੰ ਹੋਰ ਦੱਸੀ, ਜਿਹੜੀ ਮੈਂ ਚਰਚ ਦੀ ਗੱਲ ਕੀਤੀ ਹੈ ਜਿੱਥੇ ਤੁਸੀਂ ਘੜੀਏ ਦੇਖ ਰਹੇ ਹੋ ਲੱਗੀ, ਉਹਦੀ ਗੱਲ ਕਰੀਏ ਤਾਂ ਉਹ ਚਰਚ 11 ਸਾਲ ਦੇ ਵਿੱਚ ਤਿਆਰ ਹੋਈ ਸੀ। 3 ਸਟੈਪ ਨੇ ਉੱਪਰ ਜਾਣ ਵਾਸਤੇ ਪੌੜੀਆਂ ਦੇ, ਜਿੱਦਾਂ ਆਪਾਂ ਕਹਿੰਦੇ 3 ਬਣਦੇ ਨੇ ਰਸਤੇ, ਇੱਕ ਵਾਰੀ ਇੱਧਰ ਨੂੰ ਚਲ ਗਈ, ਫਿਰ ਉੱਧਰ ਚਲ ਗਈ, ਫਿਰ ਉੱਧਰ ਚਲ ਗਈ। ਇਹ 3 ਜਿਹੜੇ ਪੈਂਡੇ ਨੇ, 3 ਪੈਂਡਿਆਂ ਦੇ 11-11 ਪੌਡੇ ਆ ਪੌੜੀਆਂ ਦੇ, ਅਤੇ 11 ਹੀ ਦਰਵਾਜ਼ੇ ਨੇ, 11 ਹੀ ਇਹਦੇ ਵਿੱਚ ਘੰਟੀਆਂ ਨੇ। ਅਤੇ ਇਸ ਸੋਲੋ ਧਰਮ ਦੇ ਵਿੱਚ ਘੰਟੀਆਂ ਵੀ 11 ਜੀ, ਬਿਲਕੁਲ ਘੰਟੀਆਂ ਵੀ 11। ਅਤੇ ਇਸੇ ਟਾਊਨ ਦੇ ਵਿੱਚ ਲੋਕ ਜਿਹੜੇ ਨੇ ਆਪਣਾ 11ਵਾਂ ਜਨਮ ਦਿਨ ਬਹੁਤ ਧੂਮਧਾਮ ਦੇ ਨਾਲ ਮਨਾਉਂਦੇ ਨੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਾਰਨ ਦੀ। ਹਰ ਚੀਜ਼ ਪਿੱਛੇ ਕੋਈ ਨਾ ਕੋਈ ਲੌਜਿਕ ਹੁੰਦਾ, ਕੋਈ ਨਾ ਕੋਈ ਕਾਰਨ ਹੁੰਦਾ, ਕੋਈ ਨਾ ਕੋਈ ਮਿਥਿਹਾਸ ਹੁੰਦਾ ਜਾਂ ਇਤਿਹਾਸ ਹੁੰਦਾ। ਤਾਂ ਇਹਨਾਂ ਦੇ ਵਿੱਚ ਇਤਿਹਾਸ ਇਹ ਹੈ, ਇਤਿਹਾਸ ਨਹੀਂ ਮਿਥਿਹਾਸ ਇਹ ਹੈ, ਦੰਦ ਕਥਾ ਇਹ ਹੈ ਕਿ ਬਹੁਤ ਸਮਾਂ ਪਹਿਲਾਂ ਇਸ ਏਰੀਏ ਦੇ ਲੋਕ ਬਹੁਤ ਮਿਹਨਤ ਕਰਦੇ ਸੀ, ਬਹੁਤ ਮਿਹਨਤ ਕਰਦੇ ਸੀ, ਪਰ ਉਹਨਾਂ ਦਾ ਰੋਜ਼ੀ ਰੋਟੀ ਚੱਲਦਾ ਨਹੀਂ ਸੀ, ਬਹੁਤ ਔਖਾ ਚੱਲਦਾ ਸੀ। ਅਖੀਰ ਜਦੋਂ ਮਿਹਨਤ ਕਰਦੇ ਸੀ ਤਾਂ ਪਹਾੜਾਂ ਵਿੱਚੋਂ ਐਲਫ ਨਾਂ ਦੀ ਚੀਜ਼ ਆ, ਮੈਂ ਵੀ ਪਹਿਲਾਂ ਸੋਚਿਆ ਵੀ ਐਲਫ ਕੀ ਹੈ, ਐਲਫ ਨਾਂ ਦੀ ਚੀਜ਼ ਕੋਈ ਆਈ ਜਿਹਨੇ ਉਹਨਾਂ ਦੀ ਮਦਦ ਕੀਤੀ, ਅਲੌਕਿਕ ਸ਼ਕਤੀ ਕਹਿੰਦੇ ਉਹਨੂੰ, ਅਲੌਕਿਕ ਸ਼ਕਤੀ ਕੋਈ ਆਈ ਐਲਫ ਨਾਂ ਦੀ, ਉਹਨੇ ਮਦਦ ਕੀਤੀ ਅਤੇ ਉਹ ਖੁਸ਼ਹਾਲ ਹੋ ਗਏ, ਬਹਿਜਾ ਹੋ ਗਈ, ਚਾਰ ਚੁਫੇਰੇ। ਬਾਅਦ ਦੇ ਵਿੱਚ ਜਦੋਂ ਪਤਾ ਲੱਗਾ ਕਿ ਐਲਫ ਨੂੰ 11 ਕਿਹਾ ਜਾਂਦਾ ਹੈ, ਐਲਫ ਨੂੰ 11 ਕਿਹਾ ਜਾਂਦਾ, ਤਾਂ ਉਸ ਤੋਂ ਬਾਅਦ ਇਹ ਲੋਕ ਸਾਰੇ ਜਿਹੜੇ ਨੇ 11-11 ਦੇ ਨਾਲ ਹੀ ਸਾਰਾ ਕੁਛ ਕਰਨ ਲੱਗ ਪਏ।
ਕਿ 11 ਇਹਨਾਂ ਵਾਸਤੇ ਲੱਕੀ ਨੰਬਰ ਆ, ਇਸ ਕਰਕੇ 12 ਨੂੰ ਇਹਨਾਂ ਨੇ ਮੌਕਾ ਨਹੀਂ ਦਿੱਤਾ। ਜਿਵੇਂ ਅੱਗੇ ਵਿਚਾਰਾ ਫਰਵਰੀ, ਜਿਹੜਾ ਫਰਵਰੀ ਮਹੀਨਾ ਅਗਲੇ ਮਹੀਨੇ ਆਇਆ ਨਾ, ਉਹ ਤੜਫਦਾ ਫਿਰਦਾ ਵੀ ਯਾਰ ਮੇਰੇ ਨਾਲ ਇੰਨੀ ਨਾਇਨਸਾਫੀ ਕਿਉਂ ਹੈ। ਉੱਥੇ ਵੀ ਇਹ ਘੜੀ ਵੀ ਸੋਚਦੀ ਹੁਣ ਵੀ ਯਾਰ 12 ਮੇਰੇ ਘੜੀ 'ਤੇ ਕਦੋਂ ਵੱਜਣਗੇ, ਕਦੋਂ ਟਾਈਮ ਆਊਗਾ। ਚਲੋ ਇਹ ਖੈਰ ਆਪੋ ਆਪਣੀ ਸੋਚ ਹੈ, ਆਪੋ ਆਪਣਾ ਇਤਿਹਾਸ ਹੈ, ਆਪੋ ਆਪਣਾ ਮਿਥਿਹਾਸ ਹੈ, ਆਪੋ ਆਪਣੀ ਪਰੰਪਰਾ ਸੀ। ਬਹੁਤ ਸਾਰੀਆਂ ਗੱਲਾਂ ਪਰੰਪਰਾ ਦੀਆਂ ਕਰੀ ਦੀਆਂ, ਪਰੰਪਰਾ ਬੜੇ ਲੰਬੇ ਸਮੇਂ ਤੋਂ ਚੱਲੀ ਆਉਂਦੀ ਹੁੰਦੀ। ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਰੰਪਰਾਵਾਂ ਨੇ ਜਿਹੜੀਆਂ ਅਸੀਂ ਅੱਜ ਵੀ ਨਿਭਾਉਂਦੇ ਹਾਂ, ਅੱਜ ਵੀ ਚਲਾਉਂਦੇ ਹਾਂ। ਤੋ ਸੋ ਸਵਿਟਜ਼ਰਲੈਂਡ ਦੇ ਵਿੱਚ ਇਹ ਪਰੰਪਰਾ ਜਿਹੜੀ ਹੈਗੀ ਆ, ਤਾਂ ਉਹ 11 ਨੰਬਰ ਜਿਹੜਾ ਬਹੁਤ ਜ਼ਿਆਦਾ ਲੱਕੀ ਸਮਝਿਆ ਜਾਂਦਾ। ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਵਿਸ਼ੇ ਵੱਲ ਚੱਲਾਂਗੇ। ਵਿਸ਼ਾ ਜਿਹੜਾ ਵਿਸ਼ਾ ਅੱਜ ਵੀ, ਅੱਜ ਥੋੜ੍ਹਾ ਜਿਹਾ ਕਸੂਤਾ ਜਿਹਾ ਵਿਸ਼ਾ ਮੈਨੂੰ ਫੇਰ ਲੱਗਿਆ, ਕਾਫੀ ਦੇਰ ਬਾਅਦ, ਨਹੀਂ ਤਾਂ ਆਮ ਰੂਟੀਨ ਦੇ ਵਿਸ਼ੇ ਹੁੰਦੇ ਆ। ਕਸੂਤਾ ਜਿਹਾ ਵਿਸ਼ਾ ਵੀ ਇਸ ਕਰਕੇ ਲੱਗਿਆ ਕਿਉਂਕਿ ਮੈਂ ਇੱਕ ਪੜ੍ਹ ਰਿਹਾ ਸੀ, ਕਿਤੇ ਆਰਟੀਕਲ ਪੜ੍ਹ ਰਿਹਾ ਸੀਗਾ। ਉਦੋਂ ਬਾਅਦ ਫਿਰ ਮੈਂ ਕਿਹਾ ਵੀ ਇਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਲੈਣਾ ਚਾਹੀਦਾ ਵਿਸ਼ਾ, ਕਿਉਂਕਿ ਸਾਡੇ ਨਾਲ ਸੰਬੰਧਿਤ ਹੈਗਾ, ਆਪਣੇ ਸਾਰਿਆਂ ਨਾਲ ਸੰਬੰਧਿਤ ਹੈਗਾ। ਅਸੀਂ ਭਾਰਤ ਦੀ ਗੱਲ ਕਰੀ ਦੀ ਹੈ, ਪੰਜਾਬ ਦੀ ਗੱਲ ਕਰੀ ਦੀ ਹੈ, ਅਤੇ ਪੰਜਾਬ ਜਾਂ ਭਾਰਤ ਦੇ ਨਾਲ ਸੰਬੰਧਿਤ ਜਿਹੜਾ ਵਿਸ਼ਾ ਹੈਗਾ ਟੈਕਨੋਲੋਜੀ ਦੀ ਅਸੀਂ ਗੱਲ ਕਰੀ ਦੀ ਹੈ, ਤਾਂ ਉਹ ਗੱਲ ਅੱਜ ਕਰ ਲੈਣੀ ਚਾਹੀਦੀ ਹੈ। ਸੋ ਬ੍ਰੇਕ ਤੋਂ ਬਾਅਦ ਵਿਸ਼ੇ ਵੱਲ ਚੱਲਾਂਗੇ, ਅਤੇ ਨਾਲ ਨਾਲ ਤੁਹਾਡੀਆਂ ਕਾਲਾਂ ਵੱਲ ਚੱਲਾਂਗੇ। ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਕਰਦੇ ਹਾਂ ਗੱਲਾਂ ਬਾਤਾਂ, ਅੱਜ ਦੇ ਵਿਸ਼ੇ ਵੱਲ ਚੱਲਦੇ ਹਾਂ। ਅਤੇ ਵਿਸ਼ਾ ਇਹ ਹੈਗਾ, ਅਸੀਂ ਅਕਸਰ ਖਾਣ ਪੀਣ ਦੀ ਗੱਲ ਕਰੀ ਦੀ ਹੈ ਕਿ ਪੰਜਾਬ ਜਿਹੜਾ ਖਾਣ ਪੀਣ ਦੇ ਵਿੱਚ ਮੋਹਰੀ ਹੈ, ਖੁੱਲ੍ਹਾ ਖਾਂਦੇ ਪੀਂਦੇ ਲੋਕ, ਬੜੇ ਵਧੀਆ ਰਹਿਣ ਸਹਿਣ ਹੈਗਾ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਸਭ ਤੋਂ ਵੱਧ ਅਨਾਜ ਜਿਹੜਾ ਕਹਿੰਦੇ ਪੈਦਾ ਹੁੰਦਾ, ਸਭ ਤੋਂ ਵੱਧ ਅਨਾਜ ਭਾਰਤ ਦੇ ਵਿੱਚ ਪੈਦਾ ਹੁੰਦਾ। ਪਰ ਅੱਜ ਦੀ ਜਿਹੜੀ ਖਬਰ ਹੈਗੀ ਆ, ਇੱਕ ਸਰਵੇ ਜਿਹੜਾ ਹੈਗਾ, ਜਿਹੜਾ ਕਿ ਕੀਤਾ ਗਿਆ ਹੈਗਾ ਆਪਣੇ ਸੰਸਥਾ ਵੱਲੋਂ, ਗਲੋਬਲ ਹੰਗਰ ਇੰਡੈਕਸ ਵੱਲੋਂ ਕੀਤਾ ਗਿਆ ਸੰਸਥਾ ਹੈਗਾ, ਨੈਸ਼ਨ ਯੂਨਾਈਟਿਡ ਨੇਸ਼ਨ ਵੱਲੋਂ ਜਿਹੜਾ ਕੀਤਾ ਗਿਆ ਸਰਵੇ, ਉਹਦੇ 'ਚ ਇਹ ਹੈ ਕਿ ਭਾਰਤ 20 ਭੁੱਖੇ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ। ਇਹ ਤਾਂ ਸੀਗਾ ਵੀ ਭੁੱਖ ਪਈ ਹੋਈ ਹੈ, ਉਹ ਤਾਂ ਸੁਣਿਆ ਸੀ ਪਹਿਲਾਂ ਬਹੁਤ ਵੀ ਭਾਰਤ ਵਿੱਚ ਭੁੱਖ ਬੜੀ ਪਈ ਹੋਈ ਹੈ, ਲੀਡਰਾਂ ਨੇ ਬੜੀ ਭੁੱਖ ਪਾਈ ਹੋਈ ਹੈ, ਅਤੇ ਹੁਣ ਭੁੱਖੇ ਦੇਸ਼ਾਂ ਦੇ ਵਿੱਚ ਸ਼ਾਮਿਲ ਹੋ ਗਿਆ, ਤਾਂ ਇਹ ਬੜੀ ਸੋਚਣ ਵਾਲੀ ਗੱਲ ਹੈ। 117 ਦੇਸ਼ਾਂ ਵਿੱਚੋਂ 107 ਦੇ ਦੇਸ਼ ਜਿਹੜੇ ਹੈਗੇ ਨੇ, 107ਵੇਂ ਨੰਬਰ 'ਤੇ ਆਇਆ ਸਾਡਾ ਦੇਸ਼ ਜਿਹੜਾ, ਪਹਿਲੇ 20 ਭੁੱਖੇ ਦੇਸ਼ਾਂ ਦੇ ਵਿੱਚੋਂ। ਔਰ ਇਹਦੇ ਵਿੱਚ ਗੱਲ ਕਰਨ ਵਾਲੀ ਇਹ ਹੈ, ਜਿਹੜੀ ਮੈਂ ਵਿਸ਼ਾ ਤੁਹਾਡੇ ਨਾਲ ਇਹ ਸਾਂਝਾ ਕਰਨਾ ਕਿ ਅਸੀਂ ਜੇ ਗੱਲ ਕਰੀਏ ਭਾਰਤ ਦੇ ਵਿੱਚ ਸਭ ਤੋਂ ਵੱਧ ਅਨਾਜ ਪੈਦਾ ਹੁੰਦਾ ਹੈ, ਦੁਨੀਆ ਦੇ ਵਿੱਚ ਅਨਾਜ ਪੈਦਾ ਕਰਨ ਵਿੱਚ ਭਾਰਤ ਮੋਹਰੀ ਹੈ। ਦੂਜੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜਿਹੜਾ ਫੂਡ ਹੈ, ਫੂਡ ਭੁੱਖੇ ਰਹਿਣ ਵਿੱਚ ਵੀ ਭਾਰਤ ਮੋਹਰੀ ਹੈ, ਭੁੱਖੇ ਰਹਿਣ 'ਚ ਵੀ ਭਾਰਤ ਮੋਹਰੀ ਹੈ। ਅਤੇ ਤੀਜੀ ਅਸੀਂ ਗੱਲ ਕਰੀਏ ਇੱਕ ਹੋਰ ਭਾਰਤ ਦੀ, ਸਾਡੇ ਮਹਾਨ ਦੀ, ਕਿ ਪੂਰੀ ਦੁਨੀਆ ਦੇ ਵਿੱਚ ਸਰਵੇ ਦੱਸਦੇ ਆ ਕਿ ਫੂਡ ਵੇਸਟੇਜ ਦੇ ਵਿੱਚ ਵੀ ਬਿਲਕੁਲ ਭਾਰਤ ਮੋਹਰੀ ਹੈਗਾ। ਸਮਝ ਗਏ ਜੀ ਗੱਲ, ਇਹ ਅੰਕੜੇ ਦੱਸਦੇ ਨੇ। ਇਹ ਗਲੋਬਲ ਹੰਗਰ ਇੰਡੈਕਸ ਜਿਹੜੀ ਹੈਗੀ ਹੈ ਜੀ, ਇਹ ਕਹਿੰਦੇ ਨੇ ਜੀ 37% ਬੱਚੇ ਜਿਹੜੇ ਹੈਗੇ ਨੇ ਉਹਨਾਂ ਦਾ ਪਾਲਣ ਪੋਸ਼ਣ ਭਾਰਤ ਦੇ ਵਿੱਚ ਸਹੀ ਨਹੀਂ ਹੁੰਦਾ, ਅਤੇ 10 ਲੱਖ ਬੱਚੇ 5 ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦੇ ਨੇ। ਕੈਸੀ ਗੱਲ ਹੈ ਜੀ, ਅਨਾਜ ਪੈਦਾ ਕਰਨ 'ਚ ਮੋਹਰੀ, ਅਨਾਜ ਬਰਬਾਦ ਕਰਨ ਦੇ ਵਿੱਚ ਮੋਹਰੀ ਭਾਰਤ, ਅਤੇ ਭੁੱਖੇ ਦੇਸ਼ ਜਿਹੜੇ ਸਭ ਤੋਂ ਵੱਧ ਸੌਂਦੇ ਨੇ ਉਹ ਵੀ ਭਾਰਤ ਸਾਡਾ ਮੋਹਰੀ। ਹਰ ਚੌਥਾ ਬੰਦਾ ਤਕਰੀਬਨ ਕਹਿੰਦੇ ਵੀ ਭੁੱਖਾ ਸੌਂਦਾ ਹੈ। 2100 ਕਰੋੜ ਕਿਲੋ ਕਣਕ, 2100 ਕਰੋੜ ਨੂੰ ਜੀਰੋਆਂ ਪਤਾ ਨਹੀਂ ਕਿੰਨੀਆਂ ਲੱਗਣੀਆਂ, 2100 ਕਰੋੜ ਕਿਲੋ ਕਣਕ ਹਰ ਸਾਲ ਖਰਾਬ ਹੁੰਦੀ ਹੈ ਭਾਰਤ ਦੇ ਵਿੱਚ, 2100 ਕਰੋੜ ਖਰਾਬ ਹੁੰਦੀ ਹੈ, ਅਤੇ 19 ਕਰੋੜ 130 ਕਰੋੜ 'ਚੋਂ 19 ਕਰੋੜ ਲੋਕ ਭੁੱਖੇ ਸੌਂਦੇ ਨੇ ਭਾਰਤ ਦੇ ਵਿੱਚ। ਇਹ ਸਾਡੇ ਭਾਰਤ ਦਾ ਹਾਲ ਹੈ। ਅਤੇ ਬਾਕੀ ਜਿਹੜਾ ਹੈਗਾ ਮੈਂ ਦੱਸ ਦਵਾਂ, ਵੇਸਟੇਜ ਦੀ ਗੱਲ ਕਰ ਲਈਏ ਪਹਿਲਾਂ, ਭਾਰਤ ਦੇ ਵਿੱਚ ਫੂਡ ਜਿਹੜਾ ਸਭ ਤੋਂ ਵੱਧ ਵੇਸਟ ਹੁੰਦਾ ਹੈ, ਔਰ 23 ਮਿਲੀਅਨ ਟਨ ਦਾਲਾਂ, 2100 ਕਰੋੜ ਕਿਲੋ ਕਣਕ, 23 ਮਿਲੀਅਨ ਟਨ ਦਾਲਾਂ, 12 ਮਿਲੀਅਨ ਟਨ ਫੂਡ, ਅਤੇ 21 ਮਿਲੀਅਨ ਟਨ ਸਬਜ਼ੀਆਂ ਵੇਸਟ ਹੁੰਦੀਆਂ ਨੇ,
ਔਰ ਇਹਦੇ 'ਚ ਅਸੀਂ ਤੁਸੀਂ ਵੀ ਸ਼ਾਮਿਲ ਆ, ਅਸੀਂ ਅਕਸਰ ਦੇਖਦੇ ਹਾਂ ਜਦੋਂ ਗੁਰੂ ਕੇ ਲੰਗਰ ਚੱਲਦੇ ਹੁੰਦੇ ਆ ਤਾਂ ਕਿੰਨਾ ਕੁਛ ਵੇਸਟ ਹੁੰਦਾ। ਔਰ ਪੂਰੀ ਦੁਨੀਆ ਦੇ ਵਿੱਚ ਅਗਰ ਗੱਲ ਕਰੀਏ ਨਾ ਜੀ, ਕਹਿੰਦੇ ਵੀ ਜਿੰਨੀ ਆਸਟ੍ਰੇਲੀਆ ਦੇ ਵਿੱਚ ਕਣਕ ਪੈਦਾ ਹੁੰਦੀ ਆ ਟੋਟਲ, ਜਿੰਨੀ ਆਸਟ੍ਰੇਲੀਆ 'ਚ ਕਣਕ ਪੈਦਾ ਹੁੰਦੀ ਆ ਉਸ ਓਨੀ ਜਾਂ ਉਸ ਤੋਂ ਵੱਧ ਭਾਰਤ ਦੇ ਵਿੱਚ ਕਣਕ ਖਰਾਬ ਹੁੰਦੀ ਹਰ ਸਾਲ ਦੇ ਵਿੱਚ। ਇਹ ਸਾਡਾ ਭਾਰਤ ਮਹਾਨ ਹੈ, ਇਹਦੇ ਬਾਰੇ ਅੱਜ ਗੱਲਬਾਤ ਕਰਨੀ ਹੈ। ਜਿਵੇਂ ਹੁਣ ਕਹਿੰਦੇ ਨਾ ਵੀ ਅਮਰੀਕਾ ਵਾਲੇ ਗਏ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਕੋਲ ਵੀ ਸਾਡਾ ਨਾਮ ਜਿਹੜਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਆਉਣਾ ਚਾਹੀਦਾ। ਉਹ ਕਹਿੰਦੇ ਵੀ ਕਾਹਦੇ ਵਾਸਤੇ? ਕਹਿੰਦੇ ਵੀ ਜਿੰਨੀ ਦੁਨੀਆ ਭਰ ਦੇ ਵਿੱਚ ਬਿਜਲੀ ਦੀ ਖਪਤ ਆ ਨਾ ਉਹ ਅਮਰੀਕਾ ਜ਼ਿਆਦਾ ਹੁੰਦੀ ਆ, ਤਾਂ ਇੱਕ ਦਿਨ ਦੇ ਵਿੱਚ 900,000 ਟਨ KB ਬਿਜਲੀ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਵਰਤੀ ਜਾਂਦੀ ਆ। ਜਿੰਨੀ ਵੀ ਉਹਨਾਂ ਨੇ ਆਪਣੇ ਅੰਕੜੇ ਦੱਸੇ ਵੀ ਉਹ ਵਰਤੀ ਜਾਂਦੀ ਆ। ਇੰਡੀਆ ਵਾਲੇ ਆ ਗਏ ਉਹਨਾਂ ਤੋਂ ਮੋਹਰੇ, ਕਹਿੰਦੇ ਜੀ ਨਾ 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 ਬਿਜਲੀ ਦੇ ਵਿੱਚ ਤਾਂ ਸਾਡਾ ਨਾਮ ਆਉਣਾ ਚਾਹੀਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ। ਉਹ ਕਹਿੰਦੇ ਜੀ ਤੁਹਾਡਾ ਨਾਮ ਕਿਉਂ ਆਉਣਾ ਚਾਹੀਦਾ, ਤੁਹਾਡਾ ਤਾਂ ਬਿਜਲੀ ਆਉਂਦੀ ਨਹੀਂ ਹੈ, ਵਰਤੋਂ ਦੀ ਬਾਅਦ ਦੀ ਗੱਲ ਹੈ। ਨਹੀਂ 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 ਕਹਿੰਦੇ ਆਉਂਦੀ ਦੀ ਗੱਲ ਛੱਡੋ ਤੁਸੀਂ, ਜਿੰਨੀ ਅਮਰੀਕਾ ਗੱਲ ਕਰਦਾ ਇੱਕ ਦਿਨ 'ਚ ਬਿਜਲੀ ਲੱਗਦੀ ਆ ਇਹਨਾਂ ਦੀ ਪੂਰੇ ਮੁਲਕ ਦੇ ਵਿੱਚ, ਉਨੀ ਤਾਂ ਸਾਡੇ ਭਾਰਤ ਦੇ ਵਿੱਚ ਇੱਕ ਦਿਨ 'ਚ ਚੋਰੀ ਹੋ ਜਾਂਦੀ ਹੈ, ਅਤੇ ਸਾਡਾ ਨਾਮ ਆਉਣਾ ਚਾਹੀਦਾ ਹੈ। ਸੋ ਚੋਰੀ ਕਹਿੰਦੇ ਵੀ ਲੀਡਰਾਂ ਦੇ ਘਰ ਦੇਖ ਲਓ ਕਿੰਨੇ ਹਜ਼ਾਰਾਂ ਲੱਖਾਂ ਲੀਡਰ ਹੋਣਗੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਲੱਖਾਂ ਹੋਣਗੇ ਮੇਰੇ ਹਿਸਾਬ ਨਾਲ, ਅਤੇ ਉਹ ਕੋਈ ਬਿਜਲੀ ਦਾ ਬਿੱਲ ਦਿੰਦਾ ਥੋੜ੍ਹੀ ਆ। ਸੋ ਅਸੀਂ ਗੱਲ ਕਰਦੇ ਹਾਂ ਅੱਜ ਫੂਡ ਦੀ, ਤੁਹਾਡੇ ਨਾਲ ਜਿਹੜੀ ਗੱਲ ਕਰਨੀ ਆ, ਤੁਹਾਡੇ ਨਾਲ ਕਾਲਾਂ ਦੇ ਉੱਪਰ ਇਹ ਗੱਲ ਕਰਨੀ ਹੈ ਕਿ ਫੂਡ ਬਣਾਉਣ ਦੇ ਵਿੱਚ ਮੋਹਰੀ ਆ ਸਾਡਾ ਭਾਰਤ ਹੈਗਾ, ਖਾਣਾ ਅਨਾਜ ਪੈਦਾ ਕਰਨ ਦੇ ਵਿੱਚ ਮੋਹਰੀ ਹੈ, ਅਤੇ ਫਿਰ ਭੁੱਖੇ ਸੌਣ ਦੇ ਵਿੱਚ ਵੀ ਮੋਹਰੀ ਕਿਉਂ ਹੈ, ਅਤੇ ਜਾਂ ਵੇਸਟ ਕਰਨ ਦੇ ਵਿੱਚ ਵੀ ਮੋਹਰੀ ਕਿਉਂ ਹੈ? ਕਿ ਇਹ ਲੱਗਦਾ ਸਾਨੂੰ ਵੀ ਜਿਹੜਾ ਫੂਡ ਵੇਸਟ ਹੁੰਦਾ ਹੈ ਉਹ ਕਿਸੇ ਦੇ ਕੰਮ ਆ ਸਕਦਾ? ਕਿੱਦਾਂ ਆ ਸਕਦਾ? ਅਸੀਂ ਰੈਸਟੋਰੈਂਟਾਂ ਵਿੱਚ ਹੀ ਦੇਖਿਆ, ਇੰਡੀਆ ਦੀ ਗੱਲ ਕਰੀਏ, ਰੈਸਟੋਰੈਂਟ ਜਾਂਦੇ ਹਾਂ ਅਸੀਂ ਖਾਣਾ ਮੰਗਾ ਲੈਂਦੇ ਹਾਂ, ਉਹ ਵੀ ਮੰਗਾ ਲੈਂਦੇ, ਉਹ ਵੀ ਮੰਗਾਉਂਦੇ, ਅੱਧੇ ਵੱਧ ਲੋਕ ਤਾਂ ਇਸ ਕਰਕੇ ਮੰਗਾਉਂਦੇ ਵੀ ਦਾਲ ਦੀ ਟੇਬਲ ਵਾਲਾ ਕੀ ਮੰਗਾ ਰਿਹਾ, ਸਾਡੀ ਟੇਬਲ 'ਤੇ ਉਹ ਤੋਂ ਵੱਧ ਚਾਹੀਦਾ। ਚਲੋ ਵੱਧ ਆ ਗਿਆ ਖਾ ਹੁੰਦਾ ਨਹੀਂ, ਫਿਰ ਕਹਿੰਦੇ ਜੀ ਘਰ ਡੋਗੀ ਵਾਸਤੇ ਪੈਕ ਕਰ ਦਿਓ, ਡੋਗੀ ਵਾਸਤੇ ਪੈਕ ਕਰ ਦਿਓ, ਤਾਂ ਘਰ ਲਿਆ ਕੇ ਉਹ ਖਾਣਾ ਮੁੜ ਕੇ ਕਿਸੇ ਨੇ ਖਾਣਾ ਨਹੀਂ ਹੁੰਦਾ, ਘਰ ਲਿਆ ਕੇ ਉਹ ਖਾਣਾ ਸੈੱਟ ਦਿੱਤਾ ਜਾਂਦਾ ਹੈ। ਅਸੀਂ ਅਕਸਰ ਦੇਖਦੇ ਹਾਂ ਪਹਿਲੇ ਸਮਿਆਂ ਦੇ ਵਿੱਚ ਫਰਿੱਜਾਂ ਨਹੀਂ ਹੁੰਦੀਆਂ ਸੀਗੀਆਂ ਤਾਂ ਖਾਣਾ ਵੇਸਟ ਵੀ ਨਹੀਂ ਹੁੰਦਾ ਸੀ। ਹੁਣ ਮੇਰਾ ਨਹੀਂ ਖਿਆਲ ਕਿ 100 ਦੇ ਵਿੱਚੋਂ 2 ਜਾਂ 3 ਟੱਬਰ ਵੀ ਐਸੇ ਹੋਣਗੇ ਜਿਹੜੀਆਂ ਫਰਿੱਜ ਦੇ ਵਿੱਚ ਪਈਆਂ ਚੀਜ਼ਾਂ ਸਿੱਟਦੇ ਨਹੀਂ ਹੋਣਗੇ। ਜ਼ਿਆਦਾਤਰ ਲੋਕ ਜਿਹੜੇ ਨੇ ਉਹ ਫਰਿੱਜ 2-4 ਦਿਨ ਚੀਜ਼ ਰੱਖਦੇ ਨੇ, ਮੁੜ ਕੇ ਫਿਰ ਉਹਨੂੰ ਸਿੱਟ ਦਿੰਦੇ ਨੇ, ਫਿਰ ਨਵੀਂ ਬਣਾ ਲੈਂਦੇ ਨੇ, ਫਿਰ ਉਹਨੂੰ ਸਿੱਟ ਦਿੰਦੇ, ਫਿਰ ਨਵੀਂ ਬਣਾ ਲੈਂਦੇ, ਉਹਨੂੰ ਸਿੱਟ ਦਿੰਦੇ। ਪਰ ਸੋਚਣ ਵਾਲੀ ਗੱਲ ਇਹ ਹੈ ਵੀ ਜਿਹੜਾ 19 ਕਰੋੜ ਲੋਕ ਭਾਰਤ ਦੇ ਵਿੱਚ ਭੁੱਖੇ ਸੌਂਦੇ ਆ ਉਹਦਾ ਕਾਰਨ ਕੀ ਹੈ? ਬਾਹਰਲੇ ਮੁਲਕਾਂ 'ਚ ਇਹ ਚੀਜ਼ ਹੈ ਨਹੀਂ, ਤੁਸੀਂ ਵੀਡੀਓ ਦੇਖਿਓ, ਬੇਸ਼ੱਕ ਫੂਡ ਇੰਨਾ ਵੇਸਟ ਹੁੰਦਾ ਪੂਰੀ ਦੁਨੀਆ ਦੇ ਵਿੱਚ, ਵੇਸਟ ਹੁੰਦਾ ਇਹ ਨਹੀਂ ਕਿ ਇਕੱਲਾ ਭਾਰਤ ਵਿੱਚ, ਭਾਰਤ ਦੇ ਵਿੱਚ ਸਭ ਤੋਂ ਵੱਧ ਵੇਸਟ ਹੁੰਦਾ। ਇਹ ਅੰਕੜੇ ਨੇ ਕਿ ਸਾਡੇ ਮੁਲਕ ਦੇ ਵਿੱਚ ਸਭ ਤੋਂ ਵੱਧ ਫੂਡ ਵੇਸਟ ਹੁੰਦਾ, ਸਭ ਤੋਂ ਵੱਧ ਜਿਹੜੇ ਨੇ ਪੈਦਾ ਹੁੰਦਾ, ਸਭ ਤੋਂ ਵੱਧ ਲੋਕ ਸਾਡੇ ਉੱਥੇ ਭੁੱਖੇ ਸੌਂਦੇ ਨੇ। ਇਹ ਗੱਲ ਸਮਝ ਹੀ ਨਹੀਂ ਆਈ, ਮੇਰੀ ਸਮਝ ਨਹੀਂ ਆਈ ਵੀ ਇਹ ਕੀ ਚੱਕਰ ਕੀ ਹੈ, ਕਿੱਥੇ ਘੁੰਮਣ ਕਿਹੜੀ ਹੈ, ਕਿੱਥੇ ਕਿਹਦਾ ਕਸੂਰ ਹੈ, ਮੇਰੀ ਸਮਝ ਤੋਂ ਬਿਲਕੁਲ ਬਾਹਰ ਸੀ। ਮੈਂ ਸੋਚਿਆ ਵੀ ਚਲੋ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵੀ ਕੀ ਚੱਕਰ ਕੀ ਹੈ ਜੀ, ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਜਿਹੜੇ ਮੁਲਕ ਨੇ ਉਹਨਾਂ ਉਹ ਭਾਰਤ ਹੈਗਾ, ਪਰ ਉਹ ਉੱਥੇ ਹੀ ਲੋਕ ਭੁੱਖੇ ਸੌਂਦੇ ਨੇ, ਤਾਂ ਉੱਥੇ ਫੂਡ ਜਿਹੜਾ ਸਭ ਤੋਂ ਵੱਧ ਵੇਸਟ ਹੁੰਦਾ। ਸੋ ਇਹ ਗੱਲਾਂ ਬਾਤਾਂ ਲੈ ਕੇ ਅੱਜ ਮੈਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਇਆ, ਕਾਲਾਂ ਜਿਹੜੀਆਂ ਉਹ ਬ੍ਰੇਕ ਤੋਂ ਬਾਅਦ ਲਵਾਂਗੇ, ਫਿਲਹਾਲ ਬ੍ਰੇਕ ਲੈਂਦੇ ਹਾਂ ਜੀ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਇੱਕ ਵਾਰ ਫਿਰ, ਤਾਂ ਜਿਨ੍ਹਾਂ ਨੇ ਟੈਲੀਵਿਜ਼ਨ ਸੈੱਟ ਲੇਟ ਖੋਲ੍ਹੇ ਆ ਜਾਂ ਫਿਰ ਕਈ ਵਾਰੀ ਆਪਾਂ ਨੂੰ ਆਦਤ ਵੀ ਸਵਿੱਚ ਕਰਦੇ ਰਹੀਦਾ ਵੀ ਕਿਹੜੇ ਚੈਨਲ 'ਤੇ ਕੀ ਆਉਂਦਾ, ਉਹਨਾਂ ਨੂੰ ਮੈਂ ਦੱਸਦਾ ਕਾਲ ਲੈਣ ਤੋਂ ਪਹਿਲਾਂ ਕਿ ਭਾਰਤ ਅਨਾਜ ਪੈਦਾ ਕਰਨ ਦੇ ਵਿੱਚ ਮੋਹਰੀ ਹੈ, ਪਰ ਅੰਕੜੇ ਆਏ ਨੇ ਕਿ ਭਾਰਤ ਦੇ ਵਿੱਚ ਭੁੱਖੇ ਸੌਣ ਵਾਲੇ ਲੋਕਾਂ 'ਚ ਵੀ ਭਾਰਤ ਮੋਹਰੀ ਹੈ। ਭਾਰਤ ਭੁੱਖੇ ਦੇਸ਼ਾਂ ਦੇ ਵਿੱਚ ਜਿਹੜਾ ਉਹ 20 ਭੁੱਖੇ ਦੇਸ਼ ਜਿਹੜੇ ਸਭ ਤੋਂ ਵੱਧ ਨੇ, ਹੁਣ ਇਹ ਨਹੀਂ ਪਤਾ ਵੀ ਭੁੱਖੇ ਕਿਹਾ ਕਿਹਨੂੰ, ਉਹਨਾਂ ਨੇ 20 ਭੁੱਖੇ ਦੇਸ਼ਾਂ ਸ਼ਾਮਿਲ ਹੋ ਗਿਆ ਕਹਿਣ ਤੋਂ ਭਾਵ, ਅਤੇ ਭਾਰਤ ਦੇ ਵਿੱਚ ਸਭ ਤੋਂ ਵੱਧ ਭੁੱਖੇ ਸੌਣ ਵਾਲੇ ਲੋਕ ਜਿਹੜੇ ਹੈਗੇ ਨੇ 40% ਲੋਕ ਜਿਹੜੇ 40% ਨਹੀਂ ਘੱਟ ਹੈਗੇ, 20 ਕਰੋੜ ਦੇ ਲਗਭਗ ਹੈਗੇ ਨੇ ਲੋਕ ਜਿਹੜੇ ਭੁੱਖੇ ਸੌਂਦੇ ਨੇ, ਅਤੇ ਭਾਰਤ ਦੇ ਵਿੱਚ ਹੀ ਸਾਰਾ ਕੁਛ। ਫੂਡ ਵੇਸਟੇਜ ਦੀ ਗੱਲ ਕਰੀਏ ਉਹ ਵੀ ਭਾਰਤ ਦੇ ਵਿੱਚ ਸਭ ਤੋਂ ਵੱਧ, ਦੁਨੀਆ ਦੇ ਵਿੱਚੋਂ ਸਭ ਤੋਂ ਵੱਧ, ਲਗਭਗ 40% ਫੂਡ ਭਾਰਤ ਦੇ ਵਿੱਚ ਵੇਸਟ ਹੁੰਦਾ, 40% ਜਿਹੜਾ ਕਿ 90,000 ਕਰੋੜ ਦਾ ਬਣਦਾ, 90,000 ਕਰੋੜ ਰੁਪਏ ਦਾ ਜਿਹੜਾ ਵੇਸਟ ਹੁੰਦਾ।
ਇਹਦੇ ਬਾਰੇ ਗੱਲਬਾਤ ਕਰਨੀ ਹੈ ਵੀ ਕੀ ਇਹਦੇ ਕਾਰਨ ਨੇ। ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲਾ ਜਿਹੜਾ ਉਹ ਭੁੱਖਾ ਕਿਉਂ ਸੌਂਦਾ ਦੇਸ਼, ਉੱਥੇ ਲੋਕ ਭੁੱਖੇ ਕਿਉਂ ਸੌਂਦੇ ਨੇ, ਜਾਂ ਵੇਸਟ ਵੇਸਟ ਹੋਣ ਦਾ ਕੀ ਕਾਰਨ ਹੈਗਾ ਉਹ ਆਪਾਂ ਨੂੰ ਪਤਾ। ਰੈਸਟੋਰੈਂਟ ਜਾਂਦੇ ਹਾਂ, ਜਿਵੇਂ ਗੱਲ ਕੀਤੀ ਹੈ ਵਿਆਹਾਂ ਸ਼ਾਦੀ ਦੇ ਵਿੱਚ ਜਾਂਦੇ ਹਾਂ, ਇੱਕ ਦੂਜੇ ਨੂੰ ਘਰ ਦੇ ਪੁੱਛਦੇ ਉਹ ਦੇਖਿਆ ਆਪਾਂ 150 ਤਰ੍ਹਾਂ ਦਾ ਲਾਇਆ ਸੀ ਫੂਡ, ਐਤਕੀ 150 ਤਰ੍ਹਾਂ ਦੀ ਸੀਗਾ ਉਹ ਦੇਖਿਆ ਸੀ, ਉਹ ਕੋਈ ਨਹੀਂ ਦੇਖੇ, ਟਾਈਮ ਹੀ ਲੱਗਿਆ ਖਾਣ ਦਾ, ਔਰ ਕਿਸੇ ਦਾ ਖਾਣ ਦਾ ਟਾਈਮ ਨਹੀਂ ਲੱਗਦਾ। ਜਿਹੜੇ ਰਿਸ਼ਤੇਦਾਰ ਹੁੰਦੇ ਕੁਛ ਇੱਕ ਨੂੰ ਛੱਡ ਕੇ, ਕੁਛ ਇੱਕ ਪਰਸੈਂਟ ਨੂੰ ਛੱਡ ਕੇ, ਜਿਨ੍ਹਾਂ ਨੇ ਪੂਰੀ ਲੇਡ ਬਣਾਉਣੀ ਹੁੰਦੀ ਹੈ, ਰੇਲ ਬਣਾਉਣੀ ਹੁੰਦੀ ਹੈ ਖਾਣੇ ਦੀ, ਉਹਨਾਂ ਨੂੰ ਛੱਡ ਕੇ ਬਾਕੀ ਬਾਹਲੇ ਲੋਕ ਜਿਹੜੇ ਹੈਗੇ ਨੇ ਉਹ ਐਪੇਟਾਈਜ਼ਰ ਵਗੈਰਾ ਖਾ ਕੇ ਅਤੇ ਫਿਰ ਉਦੋਂ ਬਾਅਦ ਚੱਲ ਜਾਂਦੇ ਨੇ। ਫੂਡ ਨਿਗਾਹ ਮਾਰ ਕੇ ਦੇਖ ਲਓ ਕਿਸੇ ਵਿਆਹ ਦੇ ਵਿੱਚ, ਘਰ ਦੇ ਵਿੱਚ ਛੋਟਾ ਮੋਟਾ ਫੰਕਸ਼ਨ ਕਰ ਲਓ, ਉੱਥੇ ਸਾਈਡ 'ਤੇ ਨਿਗਾਹ ਮਾਰ ਕੇ ਦੇਖ ਲਓ, ਗਾਰਬੇਜ ਬੋਕਸ ਜਿਹੜਾ ਪਿਆ ਹੁੰਦਾ ਜਿਹੜਾ ਹੋਏ 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 ਹੋਏ, ਗੁਰੂ ਕੇ ਲੰਗਰ ਅਸੀਂ ਕਹਿੰਦੇ ਹਾਂ, ਪਰਮਾਤਮਾ ਦਾ ਸ਼ੁਕਰ ਹੈ ਕਿ ਸਾਡੇ ਇਹ ਸਾਨੂੰ ਮਾਣ ਪ੍ਰਾਪਤ ਹੈ, ਪਰ ਉੱਥੇ ਵੀ ਕਿੰਨਾ ਕੁਛ ਵੇਸਟ ਕਰਦੇ। ਪਰ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗਦੀ ਹੈ, ਚੰਡੀਗੜ੍ਹ ਦੇ ਕੁਛ ਇੱਕ ਬੰਦੇ ਹੈਗੇ ਨੇ, ਮੇਰੀ ਵੀ ਕੋਸ਼ਿਸ਼ ਵੈਸੇ ਇਹੀ ਹੁੰਦੀ ਹੈ, ਮੇਰੀ ਘਰ ਵੀ ਰੋਟੀ ਖਾਵਾਂ ਤਾਂ ਇਹੀ ਕੋਸ਼ਿਸ਼ ਹੁੰਦੀ ਹੈ, ਮੈਂ ਕਦੇ ਨਹੀਂ ਛੱਡਿਆ। ਸਾਡੇ ਉੱਥੇ ਇੱਕ ਬੰਦਾ ਹੈਗਾ, ਉਹ ਜਦੋਂ ਰੋਟੀ ਖਾਂਦਾ ਉਹਨੇ ਜਦੋਂ ਲਾਸਟ ਦਾਲ ਰਹਿ ਜਾਣੀ ਨਾ, ਲਾਸਟ ਬੁਰਕੀ ਰਹਿ ਗਈ ਆ, ਉਹਨੇ ਲਾਸਟ ਬੁਰਕੀ ਰੱਖ ਕੇ ਉਹਨੂੰ ਪਹਿਲਾਂ ਇੱਕ ਬੁਰਕੀ ਸਾਈਡ 'ਤੇ ਰੱਖ ਲੈਣੀ ਆ, ਰੋਟੀ ਖਾ ਕੇ ਉਸ ਬੁਰਕੀ ਦੇ ਨਾਲ ਕੌਲੀ ਵਗੈਰਾ ਚੰਗੀ ਤਰ੍ਹਾਂ ਸਾਫ਼ ਕਰਕੇ ਵੀ ਭੂਰਾ ਵੀ ਜੂਠ ਨਹੀਂ ਛੱਡਣੀ। ਬਹੁਤ ਸਾਰੇ ਲੋਕ ਹੈਗੇ ਨੇ ਇਸ ਤਰ੍ਹਾਂ ਦੇ ਜਿਹੜੇ ਜੂਠ ਨਹੀਂ ਛੱਡਦੇ, ਮੇਰੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਜੂਠ ਜਿਹੜੀ ਉਹ ਨਾ ਛੱਡੀ ਜਾਵੇ। ਪਰ ਬਹੁਤ ਸਾਰੇ ਲੋਕ ਪੁਆਈ ਜਾਣਗੇ, ਚੀਜ਼ਾਂ ਪਾਈ ਜਾਣਗੇ, ਬਫੇ ਲੱਗੇ ਹੁੰਦੇ ਰੈਸਟੋਰੈਂਟਾਂ ਦੇ ਵਿੱਚ ਪਾਈ ਜਾਣਗੇ, ਤੜਾ ਤੜ ਪਾਈ ਜਾਣਗੇ ਪਾਈ ਜਾਣਗੇ, ਮੁੜ ਕੇ ਵੇਟਰ ਵਿਚਾਰਾ ਚੱਕੀ ਜਾਂਦਾ ਹੁੰਦਾ, ਨਾਲੇ ਗਾਲਾਂ ਕੱਢੀ ਜਾਂਦਾ ਹੁੰਦਾ, ਥੋੜ੍ਹਾ ਨਹੀਂ ਪਾ ਹੁੰਦਾ ਸੀ ਪਹਿਲਾਂ, ਆਹ ਪਿਆ ਸਾਰਾ ਉੱਦਾਂ ਹੀ। ਚਲੋ ਗੱਲ ਅਸੀਂ ਕੁੱਲ ਓਵਰ ਇੱਕ ਓਵਰਆਲ ਜਿਹੜੀ ਕੁੱਲ ਮਿਲਾ ਕੇ ਗੱਲ ਇਹ ਕਰਨੀ ਹੈ ਕਿ ਭਾਰਤ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਦਾ, ਉੱਥੇ ਹੀ ਲੋਕ ਸਭ ਤੋਂ ਵੱਧ ਭੁੱਖਾ ਹੀ ਕਿਉਂ ਸੌਂਦੇ ਨੇ, ਅਤੇ ਉੱਥੇ ਫੂਡ ਸਭ ਤੋਂ ਵੱਧ ਵੇਸਟ ਕਿਉਂ ਹੁੰਦਾ, ਕੀ ਤੁਹਾਨੂੰ ਕਿਹਦਾ ਹੱਲ ਲੱਗਦਾ, ਇਸ ਬਾਰੇ ਗੱਲਬਾਤ ਕਰਨੀ ਹੈ। ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਹੈਲੋ ਹੈਲੋ ਜੀ, ਜੀ ਸਤਿ ਸ਼੍ਰੀ ਅਕਾਲ ਜੀ ਸਰ, ਸਤਿ ਸ਼੍ਰੀ ਅਕਾਲ ਜੀ, ਮਾੜਾ ਜਿਹਾ ਹੋਲਡ ਰੱਖਿਓ ਆਪਣਾ ਸੁਰਿੰਦਰ ਸਿੰਘ ਜੀ। ਹਾਂਜੀ ਸਰ, ਹੋਰ ਕੀ ਹਾਲ ਚਾਲ ਜੀ? ਜੀ ਮੇਰੇ ਹਾਲ ਯਾਰ, ਕਾਫੀ ਦਿਨਾਂ ਬਾਅਦ ਭੁੱਲ ਗਿਆ ਰਹਿ ਦੇ ਵਿੱਚ, ਤੁਸੀਂ ਮੇਰੇ ਨੂੰ ਚੇਤਾ ਭੁੱਲ ਗਿਆ ਮੇਰਾ, ਕੱਲ ਦਿਨ ਦੇ ਚੇਤਾ ਭੁੱਲ ਗਿਆ ਯਾਰ, ਮੈਂ ਉਹ ਕਪੜੇ ਜੀ ਰਹਿ ਗਿਆ ਕੱਲ। ਨਹੀਂ ਨਹੀਂ ਕੋਈ ਨੀ, ਤੁਸੀਂ ਮੈਂ ਕਿਹਾ ਮੇਰਾ ਚੇਤਾ ਭੁੱਲ ਗਿਆ ਕਿਤੇ, ਮਹਾਰਾਜ ਐ ਨਾ ਕਰਿਓ। ਤੇਰਾ ਚੇਤਾ ਭੁੱਲ ਸਕਦਾ ਜੱਗੀ ਵੀਰੇ, ਜਦ ਤਾਈ ਪੁਰਾਣਿਆਂ ਸਵਾਦ ਦਮਾਂ ਚ ਬਸ ਆ ਜਾਣਾ ਛੇਤੀ ਤੁਹਾਡੇ ਗਵਾਂਢ ਦੇ ਵਿੱਚ, ਬਸ ਫਿਰ ਹੋਇਆ ਕਰਨਗੇ ਉੱਥੇ ਦਰਸ਼ਨ। ਆ ਜਾ ਆ ਜਾ ਫਿਰ, ਤੁਹਾਨੂੰ ਸਟੂਡੀਓ ਬੁਲਾ ਲਿਆ ਕਰਨਾ, ਆ ਸਕਦੇ ਉੱਥੇ ਤਾਂ ਲੈਫਰਮ ਨਾਲ ਹੀ ਆ। ਮੈਨੂੰ ਕੱਲ ਉਮੀਦ ਸੀ, ਮੈਂ ਕੱਲ ਮਾਘੀ ਦੀ ਗੱਲ ਕਰਦੇ ਸੀ, ਜ਼ਰੂਰ ਇਤਿਹਾਸ ਦੀ ਗੱਲ ਕਰਦੇ ਸੀ, ਤੁਸੀਂ ਸ਼ਾਇਦ ਕੋਈ ਨਹੀਂ। ਕੋਈ ਨੀ ਕੋਈ ਨੀ ਜੀ, ਅੱਜ ਵੀ ਮਾਘੀ ਹੈ, ਅੱਜ ਵੀ ਇਤਿਹਾਸਿਕ ਦਿਨ ਹੈ ਸਾਡਾ, ਹਰਿਮੰਦਰ ਸਾਹਿਬ ਦਾ, ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਇੱਕ ਮਾਘ ਨੂੰ ਰੱਖਿਆ। ਚਲੋ ਜੀ ਆਪਾਂ ਤਾਂ ਸਾਰਾ ਗੱਲਬਾਤ, ਹਾਂਜੀ ਪਹਿਲਾਂ ਤਾਂ ਅੱਜ ਦੇ ਵਿਸ਼ੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸੋ। ਜਿਹੜਾ ਵਿਸ਼ਾ ਤੁਸੀਂ ਅਨਾਜ ਦਾ ਰੱਖਿਆ, ਭੁੱਖਮਰੀ ਦਾ, ਭੁੱਖ ਨਹੀਂ, ਭਾਰਤ ਵਿੱਚ ਸਭ ਤੋਂ ਵੱਧ ਅਨਾਜ ਪੈਦਾ ਹੁੰਦਾ, ਅੰਕੜੇ ਦੱਸਦੇ ਨੇ ਦੁਨੀਆ ਦੇ ਵਿੱਚ ਸਭ ਤੋਂ ਵੱਧ, ਜਿੰਨੀ ਆਸਟ੍ਰੇਲੀਆ 'ਚ ਕਣਕ ਪੂਰੀ ਕਣਕ ਹੁੰਦੀ ਹੈ ਉਨੀ ਭਾਰਤ ਵਿੱਚ, ਉਸ ਤੋਂ ਵੱਧ ਕਣਕ ਖਰਾਬ ਹੁੰਦੀ ਹਰ ਸਾਲ ਭਾਰਤ ਹੁੰਦਾ। ਭਾਰਤ ਦੇ ਵਿੱਚ ਲੋਕ ਭੁੱਖੇ ਸਭ ਤੋਂ ਵੱਧ ਦੁਨੀਆ ਦੇ ਵਿੱਚੋਂ ਭਾਰਤ ਵਿੱਚ ਸੌਂਦੇ ਨੇ, 19-20 ਕਰੋੜ ਲੋਕ ਭੁੱਖੇ ਸੌਂਦੇ ਨੇ। ਫੂਡ ਵੇਸਟ ਜਿਹੜਾ ਲਗਭਗ 90,000 ਕਰੋੜ ਦਾ ਫੂਡ ਜਿਹੜਾ ਹੈਗਾ, 40% ਫੂਡ ਭਾਰਤ ਦੇ ਵਿੱਚ ਵੇਸਟ ਹੁੰਦਾ, ਇਹ ਗੱਲ ਚੱਲਦੀ ਹੈ। ਉੱਥੇ ਜੱਗੀ ਵੀ ਕੋਈ ਸਿਸਟਮ ਨਹੀਂ ਹੈ, ਸਿਸਟਮ ਹੋਵੇ ਤਾਂ ਸਭ ਕੁਝ ਹੋ ਸਕਦਾ। ਜਿੱਦਾਂ ਮਤਲਬ ਇੱਕ ਕੋਲ ਤਾਂ ਕਰੋੜਾਂ ਰੁਪਈਏ ਜਾਂ ਕਰੋੜਾਂ ਅਨਾਜ ਖਰਾਬ ਹੋਈ ਜਾਂਦਾ, ਅਸੀਂ ਉੱਧਰ ਬਿਹਾਰ ਜਾਂਦੇ ਰਹੇ, ਉਹ ਤੁਰੀਆਂ ਜਾਂਦੀਆਂ ਬੋਗੀਆਂ ਨੂੰ ਰੋਕ ਕੇ ਤਾਂ ਵਿੱਚੋਂ ਬੋਰੀਆਂ ਕੱਢ ਲੈਂਦੇ ਆ, 10-20 ਬੋਰੀਆਂ ਕੱਢ ਲਈਆਂ ਬੋਗੀ ਚੋਂ, ਕੁਛ ਕਰ ਲਿਆ, ਲੁੱਟ ਲੈਂਦੇ ਜਦੋਂ ਤੁਰੀਆਂ ਜਾਂਦੀਆਂ ਟ੍ਰੇਨਾਂ, ਉਹ ਤਾਂ ਕਰਦੇ ਹੋਣਗੇ ਨਾ। ਪਰ ਅਸੀਂ ਪੰਜਾਬ ਦੀ ਗੱਲ ਕਰ ਲਈਏ, ਕਿੱਦਾਂ ਮੀਂਹ ਦੇ ਵਿੱਚ ਤਰਪਾਲਾਂ ਕਾਲੀਆਂ ਜਿਹੀਆਂ ਪਈਆਂ ਹੁੰਦੀਆਂ ਸਰਕਾਰੀ ਗੋਦਾਮਾਂ ਦੇ, ਗਲੀਆਂ ਪਈਆਂ ਹੁੰਦੀਆਂ। ਤੁਸੀਂ ਰੇਲ ਸ਼ਹਿਰ ਨਿਗਾਹ ਮਾਰ ਲਓ ਆਪਣੇ ਛੋਟੇ ਤੋਂ, ਸਾਡਾ ਛੋਟਾ ਜਿਹਾ ਸ਼ਹਿਰ ਹੈ ਬੰਗਾ, ਮੇਰੇ ਖਿਆਲ ਉੱਥੇ ਹੀ ਹਜ਼ਾਰਾਂ ਬੋਰੀਆਂ ਹਰ ਸਾਲ ਖਰਾਬ ਹੋ ਜਾਂਦੀਆਂ, ਬਾਹਰੇ ਲਾਈਆਂ ਹੁੰਦੀਆਂ, ਗਲ ਗੁਲ ਕੇ ਮੀਂਹ ਨਾਲ ਪਾਟ ਪੂਟ ਜਾਂਦੀਆਂ, ਚੱਲ ਮੇਰੇ ਭਾਈ ਮਗਰੋਂ ਸਭ ਕੋ ਗਲ ਵੜ ਜਾਂਦਾ, ਸਿਸਟਮ ਇਹ ਨੀ ਕੋਈ, ਉੱਥੇ ਪੁੱਛਣ ਵਾਲਾ ਇਹ ਨਹੀਂ, ਕੋਈ ਸਿਸਟਮ ਦੀ ਹੀ ਘਾਟ ਹੈ, ਸਭ ਤੋਂ ਵੱਧ ਅਨਾਜ, ਕੋਈ ਕਿਸੇ ਗੱਲ ਦੀ ਉੱਥੇ ਕਮੀ ਨੀ, ਪੈਸੇ ਦੀ ਉੱਥੇ ਕਮੀ ਨੀ, ਹੋਰ ਅਨਾਜ ਦੀ ਉੱਥੇ ਕਮੀ ਨੀ, ਕੱਪੜੇ ਦੀ ਉੱਥੇ ਕਮੀ ਨੀ, ਬੰਦਿਆਂ ਦੀ ਉੱਥੇ ਕਮੀ ਨੀ, ਸੈਨਟਰੀ ਉੱਥੇ ਬਸ ਕਮੀ ਆ, ਤਾਂ ਸਿਸਟਮ ਦੀ ਕਮੀ ਆ, ਸਿਸਟਮ ਹੈ ਨੀ ਕੋਈ ਵੀ, ਬਸ ਮਾੜਾ ਜਿਹਾ ਹੋਲਡ ਰੱਖੋ। ਸੁਰਿੰਦਰ ਸਿੰਘ ਜੀ, ਮੈਂ ਗੱਲ ਬੜੀ ਵਧੀਆ ਮੇਰੇ ਦਿਮਾਗ ਦੇ ਵਿੱਚ ਆਈ ਸੀ, ਮੈਂ ਅੱਜ ਖਬਰ ਪੜ੍ਹ ਰਿਹਾ ਸੀ ਸੁਰਿੰਦਰ ਸਿੰਘ ਜੀ, ਕਿ 20 ਭੁੱਖੇ ਦੇਸ਼ਾਂ 'ਚ, ਭੁੱਖਾ ਲਫ਼ਜ਼ ਹੀ ਬੜਾ ਅਜੀਬ ਜਿਹਾ,
ਬਹੁਤ ਬਹੁਤ ਹਾਂਜੀ ਹਾਂਜੀ ਭੁੱਖੇ ਦੇਸ਼ਾਂ ਚ ਵੀ ਸ਼ਾਮਿਲ ਹੋਇਆ ਭਾਰਤ, ਦੱਸੋ ਹੁਣ ਦੇਖ ਲਓ ਆਪਣੇ ਘਰਾਂ ਚ ਉੱਥੇ ਆਮ ਇੱਕ ਦੋ ਬੰਦੇ ਦੀ ਰੋਟੀ ਰਾਤ ਨੂੰ ਆਪਾਂ ਸੌ ਜਾਂਦੇ ਸੀ, ਬਜ਼ੁਰਗਾਂ ਦਾ ਹੁੰਦਾ ਸੀ ਵੀ ਦੋ ਦਿਨਾਂ ਬੰਦੇ ਦੀ ਰੋਟੀ ਹੋਣੀ ਚਾਹੀਦੀ, ਰਾਤ ਨੂੰ ਕਿਸੇ ਰਾਤੇ ਬਰਾਤੇ ਕੋਈ ਖਾਣ ਵਾਲਾ ਆ ਜਾਂਦਾ ਹੈਨਾ, ਹਾਂਜੀ ਹਾਂਜੀ ਸ਼ਾਬਾ ਖਾਲੀ ਨਹੀਂ ਹੁੰਦਾ ਸੀ ਕਦੇ, ਹਾਂ ਇਹ ਆਪਣੇ ਪਿੰਡ ਦਾ ਸਿਸਟਮ ਸੀ, ਇਹ ਘਰ ਇੱਕ ਦੋ ਬੰਦੇ ਦੀ ਰੋਟੀ ਵਾਧੂ ਹੁੰਦੀ ਸੀ, ਰਾਤ ਨੂੰ ਕੋਈ ਕੀ ਪਤਾ ਕੋਈ ਰਾਹੀ ਆ ਗਿਆ ਕੋਈ ਹੋਰ ਆ ਗਿਆ ਹੈਨਾ। ਸੁਰਿੰਦਰ ਸਿੰਘ ਜੀ ਸ਼ਾਬਾ ਖਾਲੀ ਵੀ ਨਹੀਂ ਹੁੰਦਾ ਸੀ ਪਰ ਉਹ ਸਿੱਟਦੇ ਵੀ ਨਹੀਂ ਹੁੰਦੇ ਸੀਗੇ, ਸਵੇਰੇ ਸਵੇਰ ਨੂੰ ਕੰਮ ਆ ਜਾਂਦੇ। ਹਾਂਜੀ ਹਾਂਜੀ ਇਹ ਚੀਜ਼ਾਂ ਸੀਗੀਆਂ ਨਾ, ਆਏ ਹਾਏ ਮੰਗ ਮੰਗਦਾ ਦਸ ਰਾਜ ਸ੍ਰੇਸ਼ਟੀਆਂ ਦੇ ਦਵਾਂ, ਹੋਰ ਤੇਰੀ ਜ਼ਿੰਦਗੀ ਬਦਲ ਨਾ ਮਹਾਰਾਜ ਬਦਾਵਾ ਪਾੜ ਦਿਓ। ਕਹਿੰਦੇ ਦੇਖੋ ਪੁੱਤਰਾ ਆਨੰਦਪੁਰ ਛੱਡਿਆ ਆ, ਪੁੱਤ ਮਰਵਾਇਆ ਆ, ਸਿੱਖ ਮਰਵਾਇਆ ਆ, ਮਾਂ ਮਰਵਾਇਆ ਆ, ਘਰ ਬਾਰ ਉੱਜੜ ਗਿਆ, ਸਭ ਕੁਛ ਮਹਾਰਾਜ ਚਲਾ ਗਿਆ, ਪਰ ਪੁੱਤਰਾ ਤੇਰਾ ਪੇਪਰ ਮੇਰੇ ਕੋਲ ਸਾਂਭ ਕੇ ਰੱਖਿਆ, ਇਹ ਆ ਦੇਖ ਤੇਰੇ ਮੇਰੇ ਹੁਣ ਤੇਰੇ ਸੱਖਾਂ ਸਾਹਮਣੇ ਪਾੜਨਾ। ਉਸ ਵੇਲੇ ਮਹਾਰਾਜ ਦੀਆਂ ਦੋ ਗੱਲਾਂ ਮਹਾਰੋਣਾ ਹੁੰਦੀਆਂ ਜੀ, ਸਿੱਖਾ ਤੀਸ ਹਜ਼ਾਰੀਆ ਦੱਸਦੇ ਜਾਣਾ ਜਹਾਂ, ਜੇ ਸੁਲਗਾਂ ਦੀ ਤਾਂਗ ਹੈ ਮੈਂ ਧਰਮ ਰਾਜ ਨੂੰ ਕਹਾਂ, ਜੋ ਆਖਰ ਦੀਛਿਆ ਮੂੰਹੋਂ ਇਹ ਤਿਰਨ ਸੰਗ, ਮਹਾਂ ਸਿੰਘਾ ਬਲੇ ਅੰਤਲੇ ਕੀ ਹੈ ਤੇਰੀ ਮੰਗ, ਮਨ ਕਰੜਾ ਕਰਕੇ ਦੱਸ ਦੇ ਕੋਈ ਅੰਤਮ ਖਵਾਸ਼, ਕਹੀਂ ਇੰਦਰ ਦੀ ਰਾਜ ਦੀ ਕਰਦੇ ਮੈਂ ਅਰਦਾਸ, ਭਗਤ ਸ਼ਹੀਦੀ ਪਾਉਂਦੇ ਕੀ ਉੱਠ ਰਹੇ ਤਰੰਗ, ਮਹਾਂ ਸਿੰਘਾ ਬਲੇ ਅੰਤਲੇ ਕੀ ਹੈ ਤੇਰੀ ਮੰਗ, ਡੰਗਿਆ ਮੱਥਾ ਮੁਗਲ ਦਾ ਬਣ ਕੁੰਡਲੀਏ ਨਾਗ, ਨਾਲ ਲਹੂ ਦੇ ਧੋਤਰੇ ਹੋਵੇ ਦਾਵੇ ਦਾ ਦਾਗ, ਗਲਤੀ ਕੀਤੀ ਗਈ ਸੀ ਕਰਕੇ ਜਾਣ ਪਛੰਗ, ਮਹਾਂ ਸਿੰਘਾ ਬਲੇ ਅੰਤਲੇ ਕੀ ਹੈ ਤੇਰੀ ਮੰਗ, ਰੰਗ ਲੈ ਆਊ ਦਿਨਾਂ ਵਿੱਚ ਕੁਰਬਾਨੀ ਦੇ ਗਰਜ, ਨਾਮ ਦੁਆਡੇ ਹੋ ਗਏ ਵਿੱਚ ਸ਼ਹੀਦਾਂ ਦਰਜ, ਸਾਨੂੰ ਸੀ ਖੀਰੇ ਸਿਰ ਵੀ ਲੈ ਚੱਲੇ ਹੋ ਸੰਗ, ਬਣ ਗਈ ਪੂਜਣ ਯੋਗ ਹੈ ਖਦਰਾਣੇ ਦੀ ਤਾਬ, ਤੁਹਾਨੂੰ ਮੁਕਤਿਆਂ ਸੱਦੜਾ ਦਿੱਤਾ ਬਖਸ਼ ਖਦਾਬ, ਦੂਜੇ ਬੰਗ ਬਹਾਦਰਾਂ ਸੀ ਤਲੀ ਤਰ ਜੰਗ, ਦੁਬਾਰਾ ਇਸ ਲਹੂ ਚੋਂ ਜਨਮ ਲਵੇਗਾ ਪੰਥ, ਤੁਹਾਡੀ ਸੂਰਮ ਗਤੀ ਦਾ ਪਾਰਸ ਲਿਖੂ ਗ੍ਰੰਥ, ਕਰਤਾਰ ਸਿੰਘ ਚਮਕੌਰ ਨੇ ਗਾਉਣੇ ਨੇ ਪ੍ਰਸੰਗ, ਮਹਾਂ ਸਿੰਘਾ ਬਲੇ ਅੰਤਲੇ ਕੀ ਹੈ ਤੇਰੀ ਮੰਗ, ਓਏ ਪੁੱਤਰਾ ਮਹਾਂ ਸਿੰਘਾਂ ਦਸ ਅੰਤਲੇ ਕੀ ਹੈ ਤੇਰੀ ਮੰਗ। ਮਿਹਰਬਾਨੀ ਜੀ ਬਹੁਤ ਮਿਹਰਬਾਨੀ। ਹੈਲੋ ਹੈਲੋ ਅਨਾਜ ਹੁੰਦਾ ਜੇ ਇਹਨੂੰ ਚੰਗੀ ਤਰ੍ਹਾਂ ਸਪਲਾਈ ਕੀਤਾ ਜਾਵੇ ਤੇ ਆਪਣਾ ਪੰਜਾਬ ਸੋਨਾ ਅਮੈਰੀਕਾ ਵਾਂਗ ਬਣ ਜਾਵੇ। ਮਤਲਬ ਹੱਦ ਹੀ ਹੈ ਜੀ, ਹੱਦ ਵੇਸਟੇਜ ਦੀ ਗੱਲ ਕਰਦੇ ਹਾਂ ਅਸੀਂ, ਚਲੋ ਅਸੀਂ ਆਮ ਤੌਰ 'ਤੇ ਆ ਚਲੋ ਗੱਲ ਕਰੀਦੀ ਘਰਾਂ 'ਚ ਵੇਸਟੇਜ ਦੀ, ਗੁਰੂ ਕੇ ਲੰਗਰ ਵਿਆਹਾਂ ਦੇ ਵਿੱਚ, ਪਰ ਜਿਹੜੀ ਉੱਥੇ ਕਿੰਨੀ 2100 ਕਰੋੜ ਟਨ ਕਣਕ ਜਿਹੜੀ ਆ ਉਹ ਵੇਸਟ ਹੋ ਜਾਂਦੀ ਹੈ। ਵੇਸਟ ਕੀ ਆ ਉਹ, ਬਸ ਉਹਨਾਂ ਨੂੰ ਹੁਣ ਜਿੱਦਾਂ ਖਰੀਦ ਹੋ ਜਾਂਦੀ ਗੌਰਮੈਂਟ ਵੱਲੋਂ, ਬਾਅਦ 'ਚ ਜੀ ਉੱਦਾਂ ਹੀ ਉਹ ਸੜ ਜਾਂਦੀ, ਗਲ ਜਾਂਦੀ ਆ, ਕੋਈ ਸਪਲਾਈ ਨਹੀਂ। ਹੁਣ ਤੁਸੀਂ ਲਾ ਲਓ, ਮੈਂ ਇੱਕ ਵਾਰ ਰਸ਼ੀਆ ਜੇ ਰੁਕਿਆ, ਸਾਡੀ ਫਲਾਈਟ ਲੇਟ ਹੋ ਗਈ, ਉੱਥੇ ਤੁਸੀਂ ਲਾ ਲਾ ਇੱਕ ਆਲੂ ਦੀ ਕੀਮਤ 5 ਪਾਉਂਡ ਆਲੂ ਉੱਥੇ ਸੜਕਾਂ ਸੜਦੇ ਆ ਜਦੋਂ ਖਰਾਬ ਹੁੰਦੇ ਆ, ਕੀ ਹੁੰਦਾ ਬਿਲਕੁਲ ਜੀ। ਚਲੋ ਇਹ ਵੀ ਮੁੱਕਦੀ ਗੱਲ ਤਾਂ ਉੱਥੇ ਆ ਜਾਂਦੀ ਜੀ, ਕਹਿੰਦੇ ਵੀ 100 ਹੱਥ ਰੱਸਾ ਸਿਰੇ ਤੇ ਗੰਢ, ਜਾਂ ਫਿਰ ਕਹਿੰਦੇ ਮੋੜ ਘੋੜ ਖੋਤੀ ਮੋੜ ਥੱਲੇ, ਮੁੱਕਦੀ ਗੱਲ ਤਾਂ ਸਿਸਟਮ ਤੇ ਆ ਜਾਂਦੀ ਸਾਡੇ ਮੁਲਕ ਦੇ। ਸਿਸਟਮ ਤੇ ਆ ਉੱਥੇ ਹਰ ਚੀਜ਼ ਹੈਗੀ ਆ, ਪਰ ਸਿਸਟਮ ਜੇ ਹੋਵੇ ਤਾਂ ਉਹਨੂੰ ਤਾਂ ਬਣ ਜਾਣੇ ਬਹੁਤ ਕੁਛ ਬਣਾ ਬਣਾ ਸਕਦੇ ਆ ਜੀ ਜੀ। ਹੁਣ ਤੁਸੀਂ ਲਾ ਲਓ ਜੇ ਹੁਣ ਜੇ ਉੱਥੇ ਆਲੂ ਹੁੰਦਾ ਇੰਨੀ, ਉਹ ਫ੍ਰੈਂਚ ਫਰਾਈ ਵਗੈਰਾ ਫੈਕਟਰੀਆਂ ਲੱਗਣ ਜਾਂ ਕੁਛ ਆ, ਉਸ ਚੀਜ਼ ਦੀ ਕੀਮਤ ਪਵੇ, ਪਰ ਇਹ ਸਾਰੀਆਂ ਆਪਣੇ ਮੰਤਰੀ ਗੌਰਮੈਂਟ ਦੀਆਂ ਨੀਤੀਆਂ ਮਾੜੀਆਂ, ਵੀ ਉਹਨਾਂ ਬੰਦਿਆਂ ਨੂੰ ਥੱਲੇ ਨੀ ਉੱਠਣ ਦੇਣਾ, ਵੀ ਅਸੀਂ ਰਾਜ ਕਰੀ ਜਾਣਾ। ਅੱਗੇ ਕਹਿੰਦੇ ਸੀ ਵੀ ਮੁਗਲ ਬੰਦੇ ਸੀ ਉਹਨਾਂ ਦੇ ਰਾਜ, ਉਹ ਮੁਗਲਾਂ ਦਾ ਰਾਜ ਸਮਝਦਾ ਇਸ ਟਾਈਮ ਵੀ ਹੈਗਾ, ਜੋ ਖੂਨ ਚ ਉਹਨਾਂ ਨੇ ਪਾਇਆ ਸੀ ਉਹ।
थैंक यू जी, थैंक यू थोड़ा बहुत मेहरबानी मनजीत सिंह जी। लो जी अगली कॉल देखते हैं। हेलो हेलो जी सत श्री अकाल। हेलो जी सलाह ज्ञान सिंह जी। हाँ जी 250 वैसे जगी साहब जवाब तो आपे नाल दे ही दिता है सारा। नहीं फिर भी असल कारण ये आ कि साडे मुल्क दी आबादी अमेरिका नालों 5-6 गुना ज्यादा है जी। बिलकुल ते मुल्क साडा अमेरिका 5-6 गुना वड्डा है इंडिया जी। ठीक नहीं ते इस करके आपां इन्हां किद्दां कंपेयर कर सकते? ठीक नहीं ते नहीं चीन दी आबादी भी तो बहुत है जी। चीन दी आबादी भी तो अपने नूं ज्यादा चीन दी आबादी और सारे चीन दे विच जिहड़ी गवर्नमेंट आ उहन सारे बंदे काम ते लाए आ, साडे सारे बंदे काम ते नहीं हैगे। चीन दी जिहड़ी चीन नाल आपां इदां कंपेयर करदे उत्थे बच्चा जिहड़ा 3 साल दा ਉਹ ਵੀ ਕੰਮ ਕਰਦਾ। ਚੀਨ ਔਰ ਜਪਾਨ ਦੀ ਇਹ ਮਿਸਾਲ ਹੈ। ਉੱਥੇ 3 ਸਾਲ ਦਾ ਬੱਚਾ ਵੀ ਕੰਮ ਕਰਦਾ ਆ, ਭਾਵੇਂ ਖਿਡੌਣਿਆਂ ਦੇ ਲੀਕਾਂ ਪਾਵੇ ਕੁਛ ਕਰੇ, ਤੇ ਉੱਥੇ ਹਰ ਬੰਦਾ ਕੰਮ ਕਰਦਾ ਆ ਤੇ ਭੁੱਖਾ ਕਿੱਦਾਂ ਮਰੂਗਾ? ਸਾਡੇ ਅੱਧਿਓਂ ਵੱਧ ਲੋਕ ਤਾਂ ਵਿਹਲੇ ਆ। ਠੀਕ ਹੈ, ਸਾਡੇ ਗਰੀਬੀ ਅਮੀਰੀ ਦਾ ਪਾੜਾ ਬਹੁਤਾ ਹੀ ਜ਼ਿਆਦਾ ਆ। ਜਿੱਦਾਂ ਕਿ ਇੱਕ ਗਰੀਬ ਕਹਿ ਲਓ 1 ਰੁਪਇਆ ਕਮਾਉਣ ਵਾਲਾ ਤੇ ਅਮੀਰ 1000 ਰੁਪਇਆ ਰੋਜ਼ ਕਮਾਉਣ ਵਾਲਾ, ਇੰਨਾ ਪਾੜਾ ਆ। ਜਿਹੜੀ ਅਨਾਜ ਦੀ ਦੁਰਵਰਤੋਂ ਇਸੇ ਕਰਕੇ ਹੁੰਦੀ ਆ ਕਿ ਜਿਹੜੇ ਅਮੀਰ ਲੋਕ ਆ ਉਹਨਾਂ ਤੋਂ ਪਰਵਾਹ ਹੀ ਨੀ ਗੀ। ਜਿਵੇਂ ਸਾਰੀ ਗੱਲ ਦੱਸਤੀ ਤੋਂ ਰੈਸਟੋਰੈਂਟਾਂ ਚ, ਵਿਆਹਾਂ ਸ਼ਾਦੀਆਂ ਘਰਾਂ ਚ ਅੰਨੇ ਵਾਹ ਲੈ ਆਉਣਾ ਜਿਸ ਪਾ ਮਰਜ਼ੀ ਹੋਵੇ ਹੈ, ਤੇ ਜਿਹੜੇ ਗਰੀਬ ਵਿਚਾਰੇ ਖਰੀਦ ਹੀ ਨੀ ਸਕਦੇ, ਇੰਨੀ ਮਹਿੰਗਾਈ ਆ ਤੇ ਉਹ ਭੁੱਖੇ ਹੀ ਸੌਣਾ ਉਹਨਾਂ ਨੇ ਹੈ ਜੀ। ਹਾਂਜੀ ਏਸ਼ੀਆ ਦੇ ਵਿੱਚ ਆਪਣੇ ਮੁਲਕ ਦਾ ਹੀ ਜ਼ਿਆਦਾ ਇਹ ਬੁਰਾ ਹਾਲ ਹੈਗਾ ਏਸ਼ੀਆ ਦੇ, ਪਾਕਿਸਤਾਨ ਦੇ ਵਿੱਚ। ਨਹੀਂ ਮੈਂ ਦੱਸਿਆ ਨਾ ਵੀ ਇਹ ਚ ਗਵਰਨਮੈਂਟਾਂ ਦਾ ਕਸੂਰ ਵੀ ਕਾਫੀ ਹੈਗਾ ਆ। ਹੁਣ ਦੇਖੋ ਨਾ ਇਹਨਾਂ ਮੁਲਕਾਂ ਚ ਅਸੀਂ ਰਹਿੰਦੇ ਆ, ਅਗਰ ਕੋਈ ਬੰਦਾ ਨਹੀਂ ਵੀ ਕੰਮ ਕਰਦਾ ਉਹਨੂੰ ਵੀ ਗਵਰਨਮੈਂਟ ਰੋਟੀ ਪਾਣੀ ਰੋਟੀ ਕੱਪੜਾ ਮਕਾਨ ਦਿੰਦੀ ਆ ਨਾ। ਹੁਣ ਜਿੱਦਾਂ ਅਸੀਂ ਕੋਈ ਕੰਮ ਨੀ ਕਰਦੇ ਸਾਨੂੰ ਸਾਰੇ ਬੈਨੀਫਿਟ ਦਿੰਦੀ ਆ ਗਵਰਨਮੈਂਟ। ਤੇ ਉੱਥੇ ਇੰਡੀਆ ਵਿੱਚ ਸਾਡੇ ਇਹ ਇਸ ਕਰਕੇ ਪ੍ਰੋਬਲਮ ਹੈਗੀ, ਜਿੰਨਾ ਮਰਜ਼ੀ ਅਨਾਜ ਪੈਦਾ ਕਰ ਲਓ ਜਦ ਪੈਦਾ ਕਰਕੇ ਗਵਾਈ ਜਾਣਾ, ਸਾਂਭਣਾ ਨੇ, ਸਿੱਟੀ ਜਾਣਾ, ਗਲੀ ਜਾਣਾ, ਤੇ ਉੱਥੇ ਫਿਰ ਇਹੀ ਹਾਲ ਹੋਣਾ ਜੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ ਗਿਆਨ ਸਿੰਘ ਜੀ। ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਦਾ ਸਮਾਂ ਅੱਗੇ ਲੰਘ ਗਿਆ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੇ ਜਸ ਪੰਜਾਬੀ। ਬ੍ਰੇਕ ਤੋਂ ਬਾਦ ਹਾਜ਼ਰ ਹੈ ਜੀ, ਤੇ ਗੱਲਾਂ ਬਾਤਾਂ ਸਿਲਸਿਲਾ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ। ਕੀ ਵਿਚਾਰ ਨੇ ਤੁਹਾਡੇ? ਹੈਲੋ ਸੁਣ ਕੇ ਦਿਲ ਹਿੱਲ ਜਾਂਦਾ ਹੈ ਵੀ ਸਭ ਤੋਂ ਵੱਧ ਅਨਾਜ ਕਮਾਉਂਦੇ, ਸਭ ਤੋਂ ਵੱਧ ਭੁੱਖੇ ਸੌਂਦੇ, ਸਭ ਤੋਂ ਵੇਸਟ ਕਰਦੇ ਇੱਥੇ। ਹਾਂਜੀ ਵੇਖੋ ਅੰਕੜੇ ਕਿੱਦਾਂ ਦੇ ਆਏ। ਹਾਂਜੀ ਅੱਜ ਤੋਂ ਕੋਈ 50-60 ਸਾਲ ਪਹਿਲਾਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਹਾਂ, ਹੁਣ ਮੇਰੀ ਵੀ ਉਮਰ 70 ਸਾਲ ਦੀ ਆ ਜੀ, ਉਦੋਂ ਜਿਹੜੇ ਗੁਰਦੁਆਰੇ ਹੁੰਦੇ ਸੀ ਨਾ, ਜਿੱਦਾਂ ਗੁਰਦੁਆਰਿਆਂ ਦੇ ਵਿੱਚ ਜਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਇੱਕ ਤੇ ਵਰਤਾਵੇ ਹੁੰਦੇ, ਦਾਲ ਵਰਤਾਉਣੀ, ਮੰਡੇ ਵਰਤਾਉਣੇ, ਉਹ ਸਬਜ਼ੀ ਵਰਤਾਉਣੀ, ਏਦਾਂ ਹੁੰਦੀ ਸੀ ਜੀ। ਇੱਕ ਬੰਦਾ ਇੱਕ ਹੋਰ ਹੁੰਦਾ ਸੀ ਜਿਹਨੇ ਤੂਹ ਦੀ ਚਮਕ ਫੜੀ ਹੁੰਦੀ ਸੀ, ਉਹ ਪਿੱਛੇ ਪਿੱਛੇ ਆਉਂਦਾ ਕਿਸੇ ਨੇ ਜੂਠ ਨਹੀਂ ਖਾਣੀ। ਅੱਛਾ ਜੀ, ਵਾਹ। ਹਾਂਜੀ ਗੁਰਦੁਆਰਿਆਂ ਦੇ ਵਿੱਚ ਹਰ ਥਾਂ ਹੀ ਉਹ ਬੰਦਾ ਸਪੈਸ਼ਲ ਇਸੇ ਕੰਮ ਤੇ ਹੁੰਦਾ ਸੀ ਵੀ ਝੂਠ ਨਹੀਂ ਕੀ ਛਾਣੀ, ਪ੍ਰਸ਼ਾਦਾ ਉਹਨਾਂ ਲਓ ਜਿੰਨਾ ਖਾਣਾ ਆ ਜੀ 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 ਜੀ। ਹੁਣ ਸਾਡੇ ਸਾਂਝੇ ਸਮਾਗਮ ਜਿਵੇਂ ਵਿਆਹ ਸ਼ਾਦੀਆਂ ਕਹਿ ਲਓ, ਗੁਰਦੁਆਰਾ ਸਾਹਿਬ ਕਹਿ ਲਓ, ਜਿੰਨੇ ਵੀ ਇੱਥੇ ਆ ਉਹਨਾਂ ਫੂਡ ਖਾਧਾ ਨਹੀਂ ਜਾਂਦਾ ਜਿੰਨਾ ਵੇਸਟ ਹੁੰਦਾ, ਜਿੰਨਾ ਵੇਸਟ ਹੁੰਦਾ। ਨਹੀਂ 40% ਦੇ ਅੰਕੜੇ ਤਾਂ ਵੈਸੇ ਹੀ ਨੇ ਜੀ, 40% ਅੰਕੜੇ ਦਾ ਅੰਕੜੇ ਨੇ ਕਿ ਅਸੀਂ ਜਿੰਨਾ ਫੂਡ ਪੈਦਾ ਕਰਦੇ ਉਹ ਤਾਂ 40% ਤੋਂ ਵੇਸਟ ਜਾਂਦਾ। ਹਾਂਜੀ ਵੇਖੋ, ਜੇ ਉਹ 40% ਸੇਵ ਕੀਤਾ ਜਾਵੇ ਤੇ ਜਿਹੜਾ ਬਾਹਰੋਂ ਇੰਨਾ ਪੈਸਾ ਖਰਚ ਕੇ ਫੂਡ ਮੰਗਾਉਣਾ, ਜਿਹੜੇ ਆਪਣੇ ਲੋਕ ਭੁੱਖੇ ਸੌਂਦੇ ਆ ਉਹਨਾਂ ਨੂੰ ਵੀ ਮਿਲੇ, ਸਾਨੂੰ ਇਹ ਆ ਵੀ ਅਸੀਂ ਆਪਣਾ ਸੁੱਟਣਾ ਵਾ ਪਰ ਕਿਸੇ ਨੂੰ ਦੇਣਾ ਨਹੀਂ, ਦੇਣਾ ਨਹੀਂ। ਬਿਲਕੁਲ ਜੀ, ਬਿਲਕੁਲ ਸਹੀ ਗੱਲ, ਮੇਨ ਗੱਲ ਇਹ ਆ ਫਿਤਰਤ ਇਹ ਬਣ ਗਈ ਹੈ। ਹੁਣ ਕੱਲੀ ਇਹ ਰੋਟੀ ਦੀ ਗੱਲ ਨਹੀਂ, ਪਾਣੀ ਵੀ ਆ। ਹੁਣ ਮੈਂ ਵੇਖਿਆ ਕਈ ਵਾਰ, ਹੁਣ ਜੇ ਆਪਾਂ ਨੂੰ ਇੱਥੇ ਪਾਣੀ, ਆਪਾਂ ਬਿੱਲ ਵੀ ਉਹਦਾ ਪੇ ਕਰਦੇ ਹਾਂ, ਰੋਟੀ ਪਾਣੀ ਦਾ ਵੀ ਸਭ ਕੁਝ ਅਸੀਂ ਮੁੱਲ ਹੀ ਲਿਆਉਂਦੇ ਹਾਂ, ਤੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ, ਇਹ ਵੀ ਇੱਕ ਸਟਾਕ ਹੀ ਆ, ਹੁਣ ਰੀਸਾਈਕਲ ਹੋ ਕੇ ਪਾਣੀ ਆਉਂਦਾ, ਹੁਣ ਪਾਣੀ ਆ ਜੇ ਬਰੱਸ਼ ਕਰਨ ਲੱਗਦਾ ਤੇ ਟੂਟੀ ਛੱਡ ਲੈਂਦਾ, ਬਰੱਸ਼ ਕਰੀ ਜਾਂਦਾ ਟੂਟੀ ਚੱਲੀ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਇਹ ਚੀਜ਼ਾਂ ਬਹੁਤ ਧਿਆਨ ਦੇ ਕਰਦੇ। ਹਾਂ ਮਿਹਰਬਾਨੀ ਜੀ, ਹੁਣ ਜੇ ਬਾਥਰੂਮ ਜੀ, ਹਾਂਜੀ
ਜੇ ਬਾਥਰੂਮ ਵਿੱਚ ਵੜ ਜਾਂਦੇ ਆ ਤੇ ਟੂਟੀ ਛੱਡੀ ਹੁੰਦੀ ਆ ਤੇ ਬਰਸ਼ ਕਰੀ ਜਾਣਾ ਜਾਂ ਓਦਾਂ ਹੀ ਬੇਸ, ਹੁਣ ਪਾਣੀ ਦੇ ਸਰੀਰ ਦੇ ਵਿੱਚ ਤੇ ਵੰਡ ਹੋਇਆ ਹੈ ਜੀ 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 ਘੰਟਾ ਘੰਟਾ ਲਾਉਂਦੇ ਕਈ ਫੁਹਾਰਾ ਚੱਲਦਾ ਹੁੰਦਾ ਦੇ ਵਿੱਚ ਤੇ ਵੰਡ ਹੋ ਰਿਹਾ, ਤੁਸੀਂ ਸਾਬਣ ਇੱਕ ਨਾਲ ਲਾ ਲਓ ਮੁੜ ਕੇ ਸਾਬਣ ਨੂੰ ਧੋ ਲਓ ਬਸ ਏਦਾਂ ਹੀ ਕੰਮ ਆ। ਚਲੋ ਇਹਦੀ ਵੀ ਸੇਫਟੀ ਹੋਣੀ ਚਾਹੀਦੀ ਆ ਫੂਡ ਦੇ ਨਾਲ ਨਾਲ, ਪਾਣੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਹੀ ਜ਼ਿੰਦਗੀ, ਇਹਦੇ ਨਾਲ ਫੂਡ, ਇਹਦੇ ਨਾਲ ਸਭ ਕੁਛ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ ਜੀ। ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਘੱਟ ਅਕਾਲ ਤਖ਼ਤ ਸਾਹਿਬ ਨੇ ਇਹ ਤੇ ਪਾਬੰਦੀ ਲਾ ਤੀ ਵੀ ਕੋਈ ਪੋਲੀਟੀਕਲ ਕਾਨਫਰੰਸ ਨਹੀਂ ਹੋਊਗੀ, ਸਿਆਸੀ ਕਾਨਫਰੰਸ, ਤੇ ਇਹਨਾਂ ਦੇ ਕੀ ਅਖਬਾਰਾ ਚੜਿਆ ਸੀ? ਨਹੀਂ ਇਹਨਾਂ ਨੇ ਪਾਸੇ ਕੀਤੀ ਹੈ ਜੀ, ਮਲੋਟ ਕੋਲ ਕੀਤੀ, ਕਿਤੇ ਵੀ ਹੋਵੇ ਧਰਤੀ ਤਾਂ ਉਹ ਹੀ ਆ ਆਪਣੇ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਤਾਂ ਹੁਣ ਹਿੰਦੀ ਫਿਲਮਾਂ ਦਾ ਗਾਣਾ ਗਾਉਂਦੇ ਹੋਏ ਨੇ, ਢੀਂਡਸਾ ਸਾਹਿਬ ਦੇ ਜਾਣ ਤੋਂ ਬਾਅਦ ਇੱਕ ਪਰਦੇਸੀ ਮੇਰਾ ਦਿਲ ਲੈ ਗਿਆ, ਜਾਤੇ ਜਾਤੇ ਮਿੱਠਾ ਮਿੱਠਾ ਗਮ ਦੇ ਗਿਆ, ਸਭ ਕੁਛ ਕਰ ਗਿਆ। ਮਿਹਰਬਾਨੀ ਜੀ, ਚਲੋ ਓਕੇ ਜੀ, ਮਿਹਰਬਾਨੀ ਜੀ, ਬ੍ਰੇਕ ਲੈਣੀ ਪੈ ਗਈ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਟਾਈਮ ਤਕਰੀਬਨ ਖਤਮ ਹੈ, ਕਾਲਾਂ ਦਾ ਸਿਲਸਿਲਾ ਅੱਗੇ ਚੱਲਦਾ ਨਹੀਂ ਰੱਖਣਾ, ਕਾਲਾਂ ਇੱਕ ਦੋ ਹੈਗੀਆਂ ਨੇ ਹਜੇ ਵੀ ਹੋਲਡ, ਮੈਂ ਮੁਆਫੀ ਚਾਹੁੰਦਾ ਹੈ ਕਾਲਰਾਂ ਕੋਲੋਂ। ਅਤੇ ਬਾਕੀ ਗੱਲ ਜਿਹੜੀ ਫੂਡ ਵੇਸਟੇਜ ਦੀ ਅਸੀਂ ਗੱਲ ਕੀਤੀ ਹੈ ਜਾਂ ਪਾਣੀ ਦੀ ਵੇਸਟੇਜ ਦੀ ਗੱਲ ਕੀਤੀ ਹੈ, ਵੇਸਟੇਜ ਤਾਂ ਕਿਸੇ ਵੀ ਚੀਜ਼ ਦੀ ਮਾੜੀ ਹੈ ਮੇਰੇ ਹਿਸਾਬ ਦੇ ਨਾਲ। ਮੈਂ ਜਿਹੜੀ ਬੇਨਤੀ ਕਰ ਸਕਦਾ, ਕਿਉਂਕਿ ਮੈਂ ਉਹ ਚੀਜ਼ ਮੈਂ ਫੋਲੋ ਕਰਦਾ, ਮੈਂ ਉਹੀ ਬੇਨਤੀ ਕਰ ਸਕਦਾ ਜਿਹੜੀ ਮੈਂ ਫੋਲੋ ਕਰਦਾ। ਅਸੀਂ ਘਰਾਂ ਤੋਂ ਹੀ ਇਹ ਆਦਤ ਬਣਾਈਏ ਕਿ ਜੂਠ, ਜਿਵੇਂ ਗੱਲ ਕਹੀ ਹੈ ਕਿ ਜੂਠ ਜਿਹੜੀ ਹੈ ਬਿਲਕੁਲ ਨਾ ਛੱਡੀਏ, ਚੀਜ਼ ਉਨੀ ਪਾਈਏ, ਚਾਹੇ ਵਿਆਹ ਜਾਂਦੇ ਹਾਂ, ਚਾਹੇ ਕਿਤੇ ਆਪਾਂ ਗੁਰੂ ਘਰ ਲੰਗਰ ਛਕਦੇ ਹਾਂ। ਪਰ ਮੈਂ ਚੰਗੇ ਭਲੇ ਸਿਆਣੇ ਬੰਦੇ ਦੇਖੇ ਨੇ, ਸਿਆਣੇ ਬਿਆਣੇ ਵੀ ਜਿਹੜੇ ਕਿ ਲੋਕਾਂ ਨੂੰ ਚੰਗੀਆਂ ਗੱਲਾਂ ਦੱਸਦੇ ਨੇ ਵੀ ਆਹ ਨਹੀਂ ਕਰਨਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ, ਜੀਵਨ ਸੁਖੀ ਰੱਖਣ ਵਾਸਤੇ ਗੱਲਾਂ ਦੱਸਦੇ ਨੇ, ਤਾਂ ਉਹਨਾਂ ਨਾਲ ਕਈ ਵਾਰੀ ਇੱਦਾਂ ਬੈਠ ਕੇ ਪ੍ਰਸ਼ਾਦਾ ਛਕਣ ਦਾ ਮੌਕਾ ਮਿਲਿਆ, ਅਤੇ ਉਹ ਮਤਲਬ ਜਿੰਨੀਆਂ ਚੀਜ਼ਾਂ ਪਵਾਈਆਂ ਤਾਂ ਉਹ 'ਚੋਂ 30% ਵੀ ਨਹੀਂ ਉਹਨਾਂ ਨੇ ਖਾਣੀਆਂ, ਬਾਕੀ ਮੈਂ ਅੱਖੀਂ ਚੱਕ ਕੇ ਦੇਖ ਕੇ ਉਹਨਾਂ ਦੇ ਚੇਲੇ ਚਪਟੇ ਅੱਖੀਂ ਚੱਕ ਕੇ ਅਤੇ ਉਹਨੂੰ ਗਾਰਬੇਜ ਕਰਦੇ ਦੇਖੇ ਨੇ। ਸੋ ਇੱਕ ਸਰ ਜਿਵੇਂ ਮੁੱਕਦੀ ਗੱਲ ਇਹ ਹੈ ਕਿ ਸਭ ਨੂੰ ਇੱਕ ਆਦਤ ਜੀ ਬਣਾਉਣੀ ਪਏਗੀ, ਅਸੀਂ ਆਦਤ ਸ਼ੁਰੂ ਕਰਾਂਗੇ ਤਾਂ ਅੱਗੇ ਅੱਗੇ ਬਣ ਜਾਏਗੀ। ਪਰ ਬਹੁਤ ਹੀ ਹੈਰਾਨੀ ਵਾਲੀ ਖਬਰ ਹੈ, ਹੈਰਾਨ ਕਰਨ ਵਾਲੀ, ਲੂੰਹ ਕੰਡੇ ਖੜ੍ਹੇ ਕਰਨ ਵਾਲੀ ਗੱਲ ਇਹ ਸੀਗੀ ਅੱਜ ਭਾਰਤ ਦੀ ਅਸੀਂ ਕੀਤੀ ਹੈ ਵੀ ਸਭ ਤੋਂ ਵੱਧ ਅਨਾਜ ਪੈਦਾ ਕਰਨ ਦੇ ਵਿੱਚ ਮੋਹਰੀ ਭਾਰਤ ਹੈ, ਅਤੇ ਸਭ ਤੋਂ ਵੱਧ ਭੁੱਖੇ ਸੌਣ ਦੇ ਵਿੱਚ ਲੋਕ ਉਹ ਵੀ ਭਾਰਤ ਮੋਹਰੀ ਹੈ, ਅਤੇ ਸਭ ਤੋਂ ਵੱਧ ਵੇਸਟ ਕਰਨ ਦੇ ਵਿੱਚ ਅਨਾਜ ਉਹ ਵੀ ਭਾਰਤ ਮੋਹਰੀ ਹੈ। ਚਲੋ ਜੀ, ਭਾਰਤ ਤਾਂ ਹੋਰ ਭ੍ਰਿਸ਼ਟਾਚਾਰ 'ਚ ਵੀ ਮੋਹਰੀ ਹੈ, ਹੋਰ ਬਹੁਤ ਸਾਰੇ ਕੰਮਾਂ 'ਚ, ਪੁੱਠੇ ਕੰਮਾਂ 'ਚ, ਤਾਂ ਬਾਹਲਿਆਂ 'ਚ ਮੋਹਰੀ ਹੈ ਭਾਰਤ। ਸੋ ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਊਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਉਹਦੇ 'ਤੇ ਵੀ ਤੁਸੀਂ ਸੁਨੇਹਾ ਛੱਡਦੇ ਹੋ। ਯੂਟਿਊਬ ਚੈਨਲ ਸਾਡਾ ਹੈਗਾ ਜਸ ਪੰਜਾਬੀ ਦਾ, ਉੱਥੇ ਵੀ ਜਾ ਕੇ ਤੁਸੀਂ ਪ੍ਰੋਗਰਾਮ ਸਾਡੇ ਸਾਰੇ ਜਿਹੜੇ ਹੈਗੇ ਨੇ, ਅੱਜ ਵਾਲਾ ਪ੍ਰੋਗਰਾਮ ਵੀ ਤੁਸੀਂ ਬਾਅਦ ਦੇਖਣਾ ਚਾਹੁੰਦੇ ਹੋ ਯੂਟਿਊਬ 'ਤੇ ਦੇਖ ਸਕਦੇ ਹੋ, ਹੋਰ ਪ੍ਰੋਗਰਾਮ ਜਿਹੜੇ ਸਾਡੇ ਆਏ ਹੈਗੇ ਨੇ ਉਹ ਵੀ ਤੁਸੀਂ ਯੂਟਿਊਬ 'ਤੇ ਦੇਖ ਸਕਦੇ ਹੋ। ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-475-3062, ਉੱਤੇ ਵੀ ਤੁਸੀਂ ਅਕਸਰ ਗੱਲ ਕਰਦੇ ਹੋ ਤਾਂ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੁੰਦਾ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।